ਪਛਾਣ ਚ ਨਹੀਂ ਆਇਆ ਮੈਂ ਕਰੂੰ ਜੀ ਫੇਰ ਫੋਨ ਬਾਅਦ ਚ ਜੇ ਚੱਡੇ ਹੁਣੀ ਆਏ ਉਹਨਾਂ ਨੂੰ ਪੈਸੇ ਦੇ ਦਿਓ ਤੂੰ ਤੂੰ ਠੀਕ ਤਾਂ ਹੈ ਹੈ ਕਰਮ ਹੈ ਲਿਆ ਮੇਰੇ ਨਾਲ ਗੱਲ ਕਰਾ ਚੰਗਾ ਲੈ ਆਪਣੀ ਬੀਬੀ ਨਾਲ ਕਰ ਲੈ ਗੱਲ ਕਰ ਗੱਲ ਹੈਲੋ ਕਰਮ ਹੈਲੋ ਹੈਲੋ ਕੋਈ ਬੋਲਦਾ ਹੀ ਨਹੀਂ ਬੰਦ ਹੋ ਗਿਆ ਵਲੈ ਤੂੰ ਬੋਲਦਾ ਸੀ ਪਹੁੰਚ ਗਏ ਸ਼ੁਕਰ ਹੈ ਰੱਬ ਦਾ ਬਾਹਰ ਕੌਣ ਆਇਆ ਉਹ ਚੱਡਾ ਹੈ ਅੱਛਾ ਆ ਤੇ ਤੁਸੀਂ ਬਹੁਤਾ ਹੀ ਪੁੰਨ ਖੱਟ ਲਿਆ ਵਲੈਤ ਵਲੈਤ ਕਰੀ ਜਾਂਦਾ ਸੀ ਇਹ ਤੀ ਮੰਨਦੇ ਹੀ ਨਹੀਂ ਸੀ
ਉਹ ਤੇ ਮੈਂ ਹੀ ਬਸ। ਉਹ ਸਰਦਾਰ ਜੀ ਹੁਣ ਤੁਸੀਂ ਆਪਣੀ ਤਿਆਰੀ ਰੱਖੋ, 6 ਮਹੀਨਿਆਂ ਦੇ ਵਿੱਚ ਪੇਪਰ ਆਏ ਸਮਝੋ। ਚੱਡਾ ਸਾਹਿਬ ਜੀ ਇੱਕ ਫੋਨ ਹੋਰ ਉਡੀਕ ਲੈਂਦੇ। ਦੇਖੋ ਫੋਨ ਆ ਗਿਆ ਨਾ, ਅਸੀਂ ਜੋ ਕਰਨਾ ਸੀ ਕਰ ਲਾ, ਹੁਣ ਤੁਸੀਂ ਆਪਣਾ ਕੰਮ ਕਰੋ ਤੇ ਹੋਰ ਬਾਕੀ ਦੀ ਰਕਮ ਕਰੋ ਸਾਡੇ ਹਵਾਲੇ, ਨਾਲੇ ਤੁਹਾਡੇ ਸਿਰੋਂ ਭਾਰ ਹੌਲਾ ਹੋਵੇ ਤੇ ਨਾਲੇ ਅਸੀਂ ਅੱਗੇ ਦੇ ਦਵਾ ਕੇ ਵਿਹਲੇ ਹੋਈਏ। ਸੁਰਜਨ ਸਿੰਘ ਤੁਹਾਡੇ ਨਾਲ? ਹਾਂਜੀ ਮੈਂ ਥਾਣੇ ਆਇਆ, ਇਹ ਮੁੰਬਈ ਤੋਂ ਆਏ ਨੇ। ਕਰਮ ਸਿੰਘ ਆਪਕਾ ਹੀ ਬੇਟਾ ਹੈ? ਹਾਂਜੀ ਹਾਂਜੀ। ਮੁੰਬਈ ਗਿਆ ਥਾ ਵੋ ਜੀ? ਸਤਿ ਸ਼੍ਰੀ ਅਕਾਲ ਬੀਜੀ। ਸਤਿ ਸ਼੍ਰੀ ਅਕਾਲ। ਉਹ ਮੈਂ ਕਰਮ ਦੀ ਕਿਤਾਬ ਮੋੜਨ ਆਈ ਸੀ, ਮੈਂ ਉਹਦੇ ਫੋਨ ਨੂੰ ਉਡੀਕਦੀ ਰਹੀ, ਫਿਰ ਸੋਚਿਆ ਆਪੇ ਹੀ ਦਿਆਵਾਂ। ਫਿਰ ਮੈਂ ਡੈਡੀ ਕੋਲ ਜਾਣਾ 2 ਵਾਸਤੇ ਲਖਨਊ। ਅੱਛਾ, ਪਰ ਫੋਨ ਤਾਂ ਪੁੱਤ ਖਰਾਬ ਪਿਆ ਹੋਇਆ। 2-3 ਦਿਨ ਪਹਿਲਾਂ ਆਇਆ ਸੀ ਕਰਮ ਦਾ ਫੋਨ, ਉਸ ਤੋਂ ਬਾਅਦ ਪਤਾ ਨਹੀਂ ਜੇ ਖਾਣੇ ਨੂੰ ਕੀ ਹੋ ਗਿਆ, ਨਾ ਟੂ ਨਾ ਟਾ। ਨਾਲੇ ਕਰਮ ਪਹੁੰਚ ਗਿਆ ਆ ਇੰਗਲੈਂਡ। ਅੱਛਾ ਅੱਛਾ, ਚੱਲ ਹੁਣ ਸ਼ਰਮਾ ਨਾ, ਮੈਂ ਚਾਹ ਬਣਾ ਕੇ ਲਿਆਉਣੀ ਆ ਤੇਰੇ ਲਈ। ਹੈ ਜੀ ਕੀ
दिल यार ओ दिल यार दिल यार क्यों कर मैं पीछे तो लुक लुक के हैं वैसे कुड़ी ते बड़ी चंगी है तेरा बापू हुंदा ना उन्हें बड़ा खुश होना सी खबरे कित्थे होगा सरदार सुरजन सिंह जी बेटा आपका मुंबई करने क्या आया था आया कानू जी उसको तो चड्डा और संधू लेकर आए थे इथों उन्होंने इंग्लैंड नु चढ़ाया जी ये चड्डा और संधू कैसे मिले आपको ओ जी माड़ी किस्मत जी मुझे तो अब पता चला कि हनी के घर में को पार्टी थी उथे मिले ने करमे दलीपे ने दस्या जी 5 साल पहले मैं तुहाडे वर्गा ही सी पर मैनू यूके भेज के चड्डा साहब ने बहुत वड्डा बंदा बनाया मैं उन्हां दा थैंक्स करना चाहना थैंक्स चड्डा साहब अज मेरे लिए एक बहुत बिग डे है जो मैं पिछले 4-5 साल च अचीव कीता है वो मैं तुहाडे सारे नाल शेयर करना चाहना मैं एक टेप कीती है ओहदा एक गाना मैं तुहानू विखाउना आवाज उठ करो ਇਹਦੇ ਨਾਲੋਂ ਤਾਂ ਮੈਂ ਕਿਤੇ ਵਧੀਆ ਗਾ ਲੈਂਦਾ ਵੱਡਾ ਹਨੀ ਐਫ ਇਹਦੇ ਨਾਲੋਂ ਤਾਂ ਆਪਣੇ ਪਿੰਡ ਵਾਲਾ ਜੂਮ ਚੰਗਾ ਗਾ ਲੈਂਦਾ ਪਰ ਪਤੀਏ ਇਹ ਸਾਰੇ ਰੰਗ ਯੂਕੇ ਦੇ ਹੈ ਚਾਚਾ ਜੇ ਇਹ ਨਾ ਕਮਾ ਸਕਦਾ ਆਪਾਂ ਨਹੀਂ ਕਮਾ ਸਕਦੇ ਚੱਕ ਚਾਚਾ ਤੈਨੂੰ ਪਤਾ ਹੀ ਹੈ ਮੈਂ ਸ਼ਰਾਬ ਨਹੀਂ ਪੀਂਦਾ ਤੂੰ ਪੀਂਦਾ ਨਹੀਂ ਚਾਚਾ ਛੱਡਦਾ ਨਹੀਂ ਹੋਰ ਚਾਚਾ ਕਿਵੇਂ ਠੀਕ ਹੈ ਠੀਕ ਹੈ ਹਨੀ ਪੁੱਤ ਬਈ ਤੂੰ ਹੁਣ ਚਾਚੇ ਨੂੰ ਕਿਉਂ ਪੁੱਛਦਾ ਤੇਰੇ ਕੋਲ 4 ਪੈਸੇ ਜੋ ਆ ਗਏ ਤੂੰ ਤਾਂ ਪੀਣੀ ਨਹੀਂ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਜਾ ਪੁੱਤ ਸਰਕਾਰ ਪੋਸਟਾਂ ਤੋਂ ਵੈਨ ਹਟਾਉਂਦੀ ਕਿੱਥੇ ਹਟਾਉਂਦੀ ਹੈ ਇੰਨੇ ਹੋਰ ਕਰ ਲਾ ਇੱਕ ਦੋ ਜਮਾਤਾਂ ਮੈਂ ਸੋਚਦਾ ਬਾਹਰ ਦਾ ਨਾ ਕਰ ਲਈਏ ਕੋਈ ਹਿੱਲਾ ਇੰਗਲੈਂਡ ਦਾ ਬਣਦਾ ਬਾਹਰ ਬਾਹਰ ਕਾਹਨੂੰ ਜਾਣਾ ਕਿਹੜਾ 5-7 ਹੋਵੇ ਸਿਰ ਪਿੜਦੇ ਕੱਲਾ ਤੂੰ ਹੈਗਾ 4 ਸਿਆੜ ਹੈਗੇ ਨੇ ਕੋਲ ਨੌਕਰੀ ਨਾ ਮਿਲੇ ਕੋਈ ਹੋਰ ਧੰਦਾ ਨਾਲ ਸ਼ੁਰੂ ਕਰ ਲਾਂਗੇ ਸਿਆੜ ਕਿਹੜੇ ਆ 50 ਕਿੱਲਿਆਂ 'ਚ ਕੀ ਬਣਦਾ ਤਾਂ ਠੀਕ ਹੈ ਫਿਰ
ਆਈ ਚਲਾਈ ਤਾਂ ਚੱਲੀ ਜਾਂਦੀ ਹੈ, ਹੋਰ ਕੀ ਨਾਲ ਬੰਨ ਕੇ ਲੈ ਜਾਣਾ? ਨਾਲ ਲੈ ਕੇ ਜਾਣ ਵਾਲੀ ਗੱਲ ਤਾਂ ਬਾਅਦ ਦੀ ਹੈ ਬਾਪੂ, ਆਉਣ ਵਾਲੇ 10 ਸਾਲਾਂ 'ਚ ਛੋਟਾ ਕਿਸਾਨ ਤਾਂ ਉਹੀ ਮੰਜਿਆ ਜਾਣਾ। ਜੇ ਦਿਹਾੜੀ ਹੀ ਕਰਨੀ ਹੈ ਭਾਅ ਸਿਰ ਦੀ ਤਾਂ ਕਰਾਂਗੇ। ਬਾਹਰ ਜਾਣ ਲਈ ਰਕਮ ਚਾਹੀਦੀ ਹੈ ਕਰਮ, ਤੈਨੂੰ ਤਾਂ ਪਤਾ ਆਪਣੇ 'ਤੇ ਜਿਹੜੇ 2 ਪੈਸੇ ਜੋੜੇ ਹੋਏ ਸੀ ਕੁੜੀ ਦੀ ਬਿਮਾਰੀ 'ਤੇ ਲੱਗ ਕੇ, ਕੁੜੀ ਬਚੀ ਫੇਰ ਨਹੀਂ। ਜੀਆਂ 'ਚ ਸੁੱਖ ਚਾਹੀਦੀ ਹੈ ਪੁੱਤ, ਇੱਥੇ ਬਣ ਜੂ ਸਭ ਕੁਛ। ਮੈਂ ਤਾਂ ਜੇ ਸੱਚ ਪੁੱਛਾਂ ਤਾਂ ਮੁੰਡੇ ਨੂੰ ਬਾਹਰ ਭੇਜਣ ਦੇ ਹੱਕ 'ਚ ਨਹੀਂ ਸੀ, ਬਸ ਇਹ ਮਾਂ ਪੁੱਤ ਖੜੀ ਲੱਤ ਰਹੇ, ਅਖੇ ਮਾਰਾਂ ਮਾਰਾਂ ਮੈਂ ਤਾਂ ਜਾਊਂ ਹਟੇ ਨਹੀਂ। ਤੂੰ ਵੀ ਨੰਨਾ ਹੀ ਫੜ ਕੇ ਬਹਿ ਗਿਆ, ਹੁਣ ਜੇ ਵੇਖਣਾ ਚਾਹੁੰਦਾ ਵੇਖ ਲੈਣ ਦੇ, ਖਬਰੇ ਦੇ ਭਾਗਾਂ 'ਚ ਬਾਹਰ ਜਾਣਾ ਹੀ ਲਿਖਿਆ ਹੋਇਆ ਹੈ। ਤੂੰ ਵੀ ਇਹਦੇ ਮਗਰ ਲੱਗੀ, ਠੀਕ ਹੈ ਫਿਰ ਆਪਣਾ ਪੜ੍ਹਿਆ ਵਿਚਾਰੋ, ਜੋ ਹੁੰਦਾ ਕਰੋ, ਮੈਂ ਕੌਣ ਨਾ ਕੋਈ ਸਲਾਹ ਦੇਣ ਵਾਲਾ। ਬੀਬੀ 2 ਸਾਲਾਂ ਦੀ ਗੱਲ ਹੈ ਸਾਰੀ, ਹਨੀ ਦੇ ਬੇਬੇ ਬਾਪੂ ਵੀ ਬਾਹਰ ਚਲੇ ਗਏ, ਦੇਖ ਲੈ। ਉਹ ਤਾਂ ਠੀਕ ਹੈ ਪੁੱਤ, ਪਰ ਇੱਕ ਗੱਲ ਮੇਰੇ ਮਨ ਦੀ ਵੀ ਸੁਣ ਲੈ, ਵਿਆਹ ਕਰਨਾ ਮੈਂ ਆਪਣੇ ਹੱਥੀਂ ਤੇਰਾ, ਇੱਧਰ ਕੁੜੀ ਦਾ ਵਿਆਹ ਕਰਨ ਲਈ ਸੋਚਿਆ ਸੀ, ਪਰ ਉਹਨੂੰ ਤਾਂ ਰੱਬ ਹੀ ਲੈ ਗਿਆ ਹੱਥਾਂ 'ਚੋਂ। ਹੁਣ ਤੇਰਾ ਵਿਆਹ ਕਰਕੇ ਆਪਣੀ ਰੀਝ ਪੂਰੀ ਕਰਨੀ ਹੈ ਮੈਂ। ਬਸ ਸਾਡੇ ਹਾਂ ਕਰਨ ਦੀ ਦੇਰ ਸੀ ਜੀ, ਚੱਡਾ ਅਤੇ ਸੰਧੂ ਤਾਂ ਵੀਜ਼ੇ ਦੀ ਖਬਰ ਲੈ ਕੇ ਵੀ ਆ ਗਏ। ਬਾਪੂ ਰੋਟੀ ਲੈ ਕੇ ਆਏ ਤੇਰੇ ਵਾਸਤੇ, ਬੀਬੀ ਨੇ ਦਾਲ 'ਚ ਮਗਰੀ ਪਾ ਕੇ ਘੱਲੀ ਆ, ਹਰੀਆਂ ਮਿਰਚਾਂ ਅਤੇ ਗੰਢੇ ਵੀ, ਢੋਲਾ ਹੱਥੇ ਖਾ ਲਾ ਰੋਟੀ। ਇਹ ਤਾਂ ਤੁਹਾਡੇ ਪੜ੍ਹਿਆਂ ਲਿਖਿਆਂ ਦੇ ਚੋਚਲੇ ਹੁੰਦੇ ਨੇ, ਜੱਟ ਦੀ ਤਾਂ ਪਿੱਠ ਪਿੱਛੇ ਬਿੰਦਾ ਹੁੰਦੀ ਹੈ। ਕੀ ਗੱਲ, ਬੜਾ ਖੁਸ਼ ਕਰਨ ਲੱਗਿਆ ਬੁੜੇ ਨੂੰ? ਨਹੀਂ ਬਾਪੂ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਗੱਲ ਸੁਣ, ਉਹ ਤੇਰੇ ਚੱਡੇ ਹੁਣੀ ਨਹੀਂ ਆ ਰਹੇ? ਲੱਗਦੇ ਤਾਂ ਉਹੀ ਹੈ ਬਾਪੂ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਚੱਡਾ ਸਾਹਿਬ, ਨਮਸਤੇ। ਓ ਨਮਸਤੇ ਬਈ ਮੁੰਡਿਆ, ਕੀ ਹਾਲ ਹੈ? ਠੀਕ ਹੈ ਜੀ। ਸੁਰਜਨ ਸਿੰਘ ਜੀ, ਬਹੁਤ ਬਹੁਤ ਵਧਾਈਆਂ, ਮੁੰਡੇ ਦਾ ਵੀਜ਼ਾ ਮਨਜ਼ੂਰ ਹੋ ਗਿਆ ਜੀ। ਬੰਬਈ ਤੇ ਚੜ੍ਹਨਾ, ਖਿੱਚ ਲੈ ਤਿਆਰੀ। ਹਲੇ ਗੋਪੀ, ਜੈਲੋ ਨੂੰ ਦੇ ਦੇ ਨਾ। ਤੂੰ ਉੱਥੇ ਕੀ ਕੱਟੀਆਂ ਵਛੀਆਂ ਜੀਆਂ ਬੰਨੀ ਜਾਣਾ, ਮੁੰਡੇ ਦੇ ਜਾਣ ਦਾ ਟਾਈਮ ਹੋ ਗਿਆ। ਚਲੋ ਵੀ ਮੁੰਡਿਓ, ਲਓ ਰੱਬ ਦਾ ਨਾਮ ਰੋਹਨ। ਪੈਸੇ ਦੀ ਤਾਂ ਕੋਈ ਲੋੜ ਨਹੀਂ ਸੀ ਬਾਪੂ, ਵੱਧ ਹੀ ਚੰਗੇ ਹੁੰਦੇ ਨੇ, ਇੱਕ ਦੋ ਦਿਨ ਵੱਧ ਵੀ ਰੁਕਣਾ ਪੈ ਸਕਦਾ, ਫੋਨ ਕਰੀ ਪਹੁੰਚਦੀ ਸਰ। ਤੇਰੀ ਮਾਂ
हिस्सा तो नहीं बन गया? नहीं जनाब नहीं, उसका तो फोन आया जी इंग्लैंड से। देखिए सरदार जी, आपका बेटा इंग्लैंड नहीं गया जी। बाहर जान दिया मम्मा बड़ी सियाणी है तुम्हारे पासो दे जोड़े हमारा राजकुमारा वे मैं तेरे सगन मनावा दे आवा पुआ दे वेड़े लखन दे पेड़े पुआ बड़ी सियाणी है तुम्हारे पासो दे जोड़े पुआ बड़ी सियाणी है तुम्हारे रखिए सरदार जी, हौसला रखिए। डेथ हुए काफी दिन हो चुके हैं, आप मेरी माने तो इसका संस्कार यहीं पे कर दीजिए। टिकट दिखा भाई, एक टिकट तो आड़ी है, दूसरी की है? मेरे नाल मेरा पुत्त है करम। अच्छा, अस्थियां लेके चले हो? दरिया वे कन्हे बगुला बैठा केल करे केल करे दे अंजना अचिंते बाज पाए।
ਤੇ ਚਮਕਣ ਵਾਲੇ ਮੇਰੇ ਬਨੜੇ ਦੇ ਮੱਥੇ ਤੇ ਚਮਕਣ ਵਾਲੇ ਮੇਰੇ ਬਨੜੇ ਦੇ ਆਵੇ ਬਣਾ ਬਣ ਸ਼ਗਨ ਦਾ ਗਾਣਾ ਘੁੰਮਣ ਚਾਲ ਮੇਰੇ ਬਨੜੇ ਦੇ ਸਿੰਦਰ ਕੌਰੇ ਸਿੰਦਰ ਕੌਰੇ ਆ ਗਿਆ ਬੜੇ ਦਿਨ ਲਾਤੇ ਤੂੰ ਹੈਂ ਜੈ ਖਣੇ ਦੀ ਬੰਬਈਓ ਵਲੈਤ ਬਣਾਤੀ ਸੁੱਖ ਸੰਦ ਪਤਾ ਕੀਤੀ ਕਰਮੇ ਦੀ ਏਜੰਟਾਂ ਤੋਂ ਪਾਣੀ ਧਾਣੀ ਤਾਂ ਪੁੱਛ ਲੈ ਲੈ ਖਿਜਿਆ ਕਿਉਂ ਪਿਆ ਆਇਆ ਤੂੰ ਲਿਓਨੀ ਆ ਪਾਣੀ ਆਵੇ ਬਣਾ ਬਣ ਸ਼ਗਨ ਦਾ ਗਾਣਾ ਗਾਣੇ ਦੇ ਆ ਲੈ ਫੜ ਪਾਣੀ ਤੈਨੂੰ ਇੱਕ ਗੱਲ ਦੱਸਣੀ ਹੈ ਕੁੜੀ ਆਈ ਸੀ ਇੱਕ ਮੈਨੂੰ ਬਹੁਤ ਪਸੰਦ ਹੈ ਕਰਮੇਲੀ ਉਹਨੂੰ ਬੁਲਾ ਕੇ ਨਾ ਛੇਤੀ ਵਿਆਹ ਧਰ ਦੇਣਾ ਹੁਣ ਮੈਂ ਕਿੱਥੇ ਆ ਕਰਮੇ ਦਾ ਬੈਗ ਕੀ ਗੱਲ ਕਿੱਥੇ ਆ ਕਰਮੇ ਦਾ ਬੈਗ ਬੋਲਦਾ ਨੀ ਲੈ ਮਿਲ ਤੇਰਾ ਪੋਤੀ ਲੈ ਆਇਆ ਆ ਗਿਆ ਕਰੂ ਚੱਕ ਲਿਆ ਤੂੰ ਹੈ ਤੂੰ ਹੀ ਨਾ ਬਸ ਲੈਣ ਗਿਆ ਸੀ ਮੇਰੇ ਕਰਮੇ ਦਾ ਸਮਾਨ ਚੱਕ ਲਓ ਜੀ ਹੁਣ ਘੱਟੋ ਘੱਟ 5 ਘੰਟੇ ਸੁੱਤੇ ਰਹਿਣਗੇ ਠੀਕ ਹੈ ਜੀ ਪਰ ਦੇਖੋ ਟਾਈਮ ਲੱਗੇਗਾ
साढ़े त्रै मन दे हुरी चले पानी अयो बंदा दुनी विचीवती हाँ सुनी बनी मलकल मौत जा वसी सब दरवाजे प्यारिया पाइया अगे दिता बनी देखो बंदा चलिया चहू जानिया दे कनी देखो बंदा चलिया चहू अमल जकीते दुनी विची दरगाह आए कमी परी दा मौते दा बनना ऐवे दिसे जो दरिया रे अगे दो जुग तक सुनिए भूल पवे ਸਤਿ ਸ਼੍ਰੀ ਅਕਾਲ ਤਰਸੇਮ ਜੀ ਬਈ ਤੁਹਾਡੇ ਭਾਂਜੇ ਦਾ ਕੰਮ ਕਰਵਾਤਾ ਸੀ ਆਪਾਂ ਹਾਂਜੀ ਸਸਪੈਂਸ਼ਨ ਖਤਮ ਹੋ ਗਈ ਫਰਾਡ ਦਾ ਕੇਸ ਚੱਲੂ ਹੁਣ ਉਹ ਕੇਸ ਵੀ ਖਤਮ ਹੋ ਜੂਗਾ ਤੁਸੀਂ ਇੱਕ ਕੰਮ ਕਰੋ ਇਨਕੁਆਇਰੀ ਅਫਸਰ ਦਾ ਪਤਾ ਲਾ ਕੇ ਦੱਸੋ ਮੈਨੂੰ ਉਹ ਮੈਂ ਦੇਖ ਲੂੰਗਾ ਆਪਣੇ ਆਪ ਹੋਰ ਦੱਸੋ ਕਿੱਦਾਂ ਆਉਣਾ ਹੋਇਆ ਇੱਕ ਖਬਰ ਹੈ ਕਹਿੰਦੇ ਐਤਕੀ ਟਿਕਟ ਦੀ ਜੰਡੂ ਕਾਲ ਸੁਜੀਤ ਨੂੰ ਹਾਂ ਹੋ ਗਈ ਤੁਹਾਡੀ ਥਾਂ ਜੀ ਚਲੋ ਕੋਈ ਗੱਲ ਨਹੀਂ ਚਲੋ ਕੋਈ ਗੱਲ ਕਿਉਂ ਨਹੀਂ ਉਹਦਾ ਮੁੰਡਾ ਕਲਾਸ ਫੈਲੋ ਹੈ ਮੇਰਾ ਸੀਤੂ ਫੜਕਾ ਕੇ ਭਰੇ ਮਾਰਦੇ ਆ ਉਹ ਏਦਾਂ ਦੀ ਗੱਲ ਨਹੀਂ ਕਰਦੇ ਕਾਕਾ ਆਪਣੀ ਪਾਰਟੀ ਦਾ ਬੰਦਾ ਹੈ ਉਹ ਆਪਾਂ ਪਾਰਟੀ ਦੇ ਫੈਸਲੇ ਦੇ ਫੁੱਲ ਚੜਾਉਣੇ ਆ ਜਿਹਨੂੰ ਟਿਕਟ ਦੇਣਗੇ ਜਿਤਾ ਦਿਆਂਗੇ ਐਵੇਂ ਕਿਵੇਂ ਜੇਜੂ ਫੜਕਾ ਕੇ ਭਰੇ ਮਾਰਨਾ ਓਏ ਸੋਚ ਸਮਝ ਕੇ ਬੋਲਿਆ ਕਰ ਇੱਧਰ ਇੱਧਰ ਦੇ ਛੱਡ ਕੇ ਅੰਕਲ ਨੂੰ ਜਾ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਭੈਣ ਜੀ ਨੂੰ ਮੈਂ ਕਿਹਾ ਨਾ ਕਿਹਾ ਫਿੱਕਾ ਜਿਹਾ ਸੂਟ ਪਾ ਲੈ ਕਹਿੰਦੀ ਮਕਾਨ ਜਾਣਾ ਕਹਿੰਦੀ ਮੈਂ ਤਾਂ ਨਾ ਕਿਹਾ ਗੁਲਾਬੀ ਸਲਵਾਰ ਕਮੀਜ਼ ਪਾਊ ਉਹ ਤਾਂ ਐਂ ਫਿਰਦੀ ਹੈ ਜਿਵੇਂ ਵਿਆਹ ਜਾਣਾ ਹੁੰਦਾ ਭਾਈ ਜੀ ਦੇਖੇ ਨਾ ਇਹਨੂੰ ਭੋਗ ਤੋਂ ਬਾਅਦ ਤੁਸੀਂ ਲੈ ਜਾਓ ਨਾਲ ਅੱਜ ਮੈਂ ਸੋਚਦਾ ਇਹਨੂੰ ਗੁਰਦੁਆਰੇ ਨਾਲ ਲੈ ਕੇ ਗਲੀਪੇ ਦੇ ਕਰਾਉਂਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੇ प्यारे साध संगत जी वाहेगुरु जी का खालसा वाहेगुरु जी की फतेह अज आप सारे सरदार करम सिंह जी दी जो अपने विच नहीं रहे उन्हां दी अंतम अरदास विच हाजिर होए हां दूरों नेड़ों चल के आई हां सारिया संगतां दा धन्नवाद और अपने विच अपने इलाके दे MLA साहब सरदार कपूर सिंह जी अपने उचेचे तौर ते इत्थे पहुंचे हन ਸੋ ਉਹ ਵੀ ਆਣ ਕੇ ਦੋ ਮਿੰਟ ਵਾਸਤੇ ਸਰਦਾਰ ਕਰਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਅੱਜ ਆਪਾਂ ਸਾਰੇ ਇੱਕ ਇੱਦਾਂ ਦੀ ਘੜੀ 'ਚ ਇਕੱਠੇ ਹੋਏ ਹਾਂ ਜਦੋਂ ਇਲਾਕੇ ਦਾ ਇੱਕ ਨੌਜਵਾਨ ਸਾਡੇ ਵਿੱਚ ਨਹੀਂ ਰਿਹਾ
ਅਫਸੋਸ ਤਾਂ ਇਸ ਗੱਲ ਦਾ ਹੈ ਕਿ ਕਰਮੇ ਵਰਗੇ ਹੀਰੇ ਪੰਜਾਬ ਦੇ ਹੱਥਾਂ 'ਚੋਂ ਕਿਰਦੇ ਜਾ ਰਹੇ ਨੇ। ਮਾਲਟੇ ਵਰਗਾ ਕਹਿਰ ਵਾਪਰਿਆ ਸਾਡੇ ਸਾਹਮਣੇ ਅਤੇ ਹੋਇਆ ਕੀ? ਕੁਝ ਵੀ ਨਹੀਂ। ਅਤੇ ਇਹ ਕਾਰਾ ਕਰਨ ਵਾਲੇ ਬੰਦੇ, ਮੈਂ ਤਾਂ ਕਹੂੰਗਾ ਭੇੜੀਏ, ਖੁੱਲ੍ਹੇ ਦੰਦ ਨਾਉਂਦੇ ਫਿਰਦੇ ਨੇ ਅਤੇ ਸਰਕਾਰਾਂ ਹੱਥ 'ਤੇ ਹੱਥ ਰੱਖ ਕੇ ਵੇਖ ਰਹੀਆਂ ਨੇ। ਮੈਂ ਤਾਂ ਆਪਣੀ ਹਾਈ ਕਮਾਂਡ ਦੇ ਅੱਗੇ ਸ਼ਰਤ ਹੀ ਇਹ ਰੱਖੀ ਹੈ ਕਿ ਜੇਕਰ ਕਰਮੇ ਦੇ ਵਾਰਸਾਂ ਨੂੰ ਇਨਸਾਫ ਨਾ ਮਿਲਿਆ ਤਾਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ 'ਚ ਕਹਿ ਰਹੇ ਹਾਂ ਬਈ ਫਿਰ ਆਪਣੀ ਤਾਂ ਫਤਿਹ। ਸਰਦਾਰ ਸੁਰਜਨ ਸਿੰਘ ਜੀ ਨੂੰ ਮੈਂ ਅਤੇ ਮੇਰੀ ਪਾਰਟੀ ਹਰ ਤਰ੍ਹਾਂ ਨਾਲ ਮਦਦ ਕਰਾਂਗੇ ਅਤੇ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਔਖੀ ਘੜੀ 'ਚ ਇਹਨਾਂ ਨੂੰ ਹੌਸਲਾ ਦਿਓ। ਆਪਣਾ ਸਾਰਿਆਂ ਦਾ ਇਹੀ ਫਰਜ਼ ਬਣਦਾ ਹੈ। ਸਰ ਜੀ, ਇੱਕ ਅਰਜ਼ੀ ਹੈ ਜੀ, ਇੱਥੇ ਸਾਈਨ ਕਰਨੀ ਸੀ। ਓਏ, ਉਹ ਤਾਂ ਠੀਕ ਹੈ, ਪਰ ਇੱਦਾਂ ਦੇ ਮੌਕੇ 'ਤੇ ਸਿਆਸੀ ਕੰਮ ਨਹੀਂ ਕੀਤੇ ਜਾਂਦੇ। ਨਹੀਂ ਸਰ ਜੀ, ਅਸੀਂ ਗਰੀਬ ਬੰਦੇ ਹਾਂ ਜੀ। ਉਹ ਗਰੀਬਾ ਕੋਠੀ ਆਈ ਨਾ, ਕੋਠੀ ਆਈ ਕਰ ਦੂੰਗਾ ਸਾਈਨ। ਕੋਠੀ ਆ ਜਾਂਦੀ, ਚੱਲ ਜਾ। ਮਿਹਰਬਾਨੀ ਜੀ, ਤੁਸੀਂ ਉਚੇਚੇ ਤੌਰ 'ਤੇ। ਬਸ ਜੀ ਬਸ, ਆ ਤਾਂ ਲੋੜਾ ਟਾਟਾ ਕੁਦਰਤ ਨੇ, ਬਹੁਤ ਮਾੜਾ। ਬਸ ਜੀ, ਜੋ ਪੁਰਾਣੇ ਨੂੰ ਮਨਜ਼ੂਰ। ਆ ਮਹੀਨਾ ਕੋ ਪਹਿਲਾਂ ਦੀ ਗੱਲ ਹੈ, ਆਪਣਾ ਬੰਟੀ ਕਹਿ ਰਿਹਾ ਸੀ ਮੈਨੂੰ ਕਿ ਹੁਣ ਜਦੋਂ ਪੋਸਟਾਂ ਤੋਂ ਬੈਂਡ ਚੱਕ ਹੋਊ ਨਾ ਤਾਂ ਕਰਮੇ ਦਾ ਕੰਮ ਕਰਨਾ। ਚੰਗਾ ਸਹਿਜਾਦ ਸੀ ਆਪਣੇ ਕਰਮੇ ਦਾ ਉਹਦੇ ਨਾਲ। ਹਾਂਜੀ, ਉਹ ਪਹਿਲਾਂ ਤਾਂ ਮੇਰੀ ਅਕਲ 'ਚ ਨਹੀਂ ਆਇਆ ਕਿ ਤੁਹਾਡੇ ਸਾਹਿਬਜ਼ਾਦੇ ਦੀ ਗੱਲ ਕਰ ਰਿਹਾ, ਪਰ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਮੈਂ ਕਿਹਾ ਕੰਮ ਕੀ ਸਿੱਧਾ ਜੁਆਇਨ ਹੀ ਕਰਾ ਦਿਆਂਗੇ। ਆ ਇੰਗਲੈਂਡ ਵਾਲੀ ਗੱਲ ਤਾਂ ਮੈਨੂੰ ਹੁਣੇ ਪਤਾ ਲੱਗੀ ਹੈ। ਬਸ ਜੀ, ਮੈਂ ਤਾਂ ਰੋ ਖਟਿਆ ਸੀ, ਮੌਤ ਲੈ ਗਈ ਚੱਕੀ। ਗਏ ਨੂੰ ਤਾਂ ਮੋੜ ਕੇ ਲਿਆ ਨਹੀਂ ਸਕਦੀ ਜੀ, ਉੱਦਾਂ ਭਰਾਵਾਂ ਨੇ ਮਿਲ ਜੁਲ ਕੇ ਦੁੱਖ ਸੁੱਖ ਕੱਟਣੇ ਹੁੰਦੇ ਆ, ਬਸ ਭਰਾਵਾਂ ਦਾ ਹੀ ਆਸਰਾ ਪਿਆ। ਬਈ ਸੁਰਜਨ ਸਿੰਘ ਜੀ, ਚੰਗਾ ਤਾਂ ਨਹੀਂ ਲੱਗਦਾ, ਪਰ ਭਾਈ ਬੰਦੀ ਵਜੋਂ ਤੁਸੀਂ ਆ ਰੱਖ ਲਓ। ਉੱਦਾਂ ਵੀ ਅਭੀ ਨਬੀ ਨਾਲ ਖੜਾਂ ਗਿਆ ਸੀ ਤੁਹਾਡੇ ਨਾਲ, ਇਹਦੀ ਤਾਂ ਕੋਈ ਲੋੜ ਨਹੀਂ ਸੀ ਸਰਦਾਰ ਸਾਹਿਬ। ਉਹ ਜੀ, ਲੋੜਾਂ ਤਾਂ ਜਿਉਂਦੇ ਜੀਆਂ ਨਾਲ ਲੱਗੀਆਂ ਹੀ ਰਹਿੰਦੀਆਂ ਨੇ। ਉੱਦਾਂ ਵੱਡਾ ਭਰਾ ਹੋਣ ਦੇ ਨਾਤੇ ਇੱਕ ਸਲਾਹ ਤੁਹਾਨੂੰ ਹੋਣ ਦੇਣੀ ਸੀ, ਜਾਂ ਕੋਰਟ ਕਚਹਿਰੀਆਂ 'ਚੋਂ ਲੱਭਣਾ ਕੁਛ ਨਹੀਂ, ਐਵੇਂ ਏਜੰਟਾਂ ਨੂੰ ਲੈ ਦੇ ਕੇ। ਨਹੀਂ ਨਹੀਂ ਜੀ, ਤੁਸੀਂ ਕਹੋ ਤਾਂ ਮੈਂ ਨਿਪਟਾ ਦਿੰਦਾ। ਤੁਸੀਂ ਆ ਪੈਸੇ ਚੱਕੋ ਸਰਦਾਰ ਸਾਹਿਬ, ਏਜੰਟਾਂ ਨਾਲ ਮੈਂ ਆਪੇ ਸੁਲਝਾ। ਚੰਡੂਕੇਲਾ ਸੁਰਜੀਤ ਮਰ ਗਿਆ, ਉਹ ਟਰੱਕ ਨੇ ਮਾਰਤਾ ਥਾਈ। ਬੜੀ ਬੜੀ ਮਾੜੀ ਖਬਰ ਹੈ। ਕਰਨਾ ਸੁਰਜਨ ਸਿੰਘ ਜੀ, ਜਾਣਾ ਪਊਗਾ। ਉਹ ਜੀ ਪਾਰਟੀ ਵਰਕਰ ਸੀਗਾ, ਪਰ ਮੇਰੇ ਬਦਲੇ ਟਿਕਟ ਪਾਲਦਾ ਸੀ। ਆਹ ਦੇਖ ਲਓ ਗੁਲਾਬ ਆ ਗਿਆ। ਵੀ ਮੁੰਡਿਓ, ਚੰਗਾ ਕੀਤਾ ਸੁਰਜਨ ਸਿੰਘ ਤੂੰ ਬੂਥੇ 'ਤੇ ਪੈਸੇ ਮਾਰੇ, ਵੱਡਾ ਲੀਡਰ ਬਣਿਆ ਫਿਰਦਾ। ਓਏ ਤੂੰ ਥਾਣੇ ਜਾ ਕੇ ਨਾ ਚੱਡੇ ਨੂੰ ਮੇਰਾ ਸੁਨੇਹਾ ਪਹੁੰਚਾ, ਮੂੰਹ ਨਾ ਖੋਲਣ, ਮੈਂ ਵਾਲ ਨਹੀਂ ਵਿੰਗਾ ਹੁਣ ਦਿੰਦਾ। ਸਾਰੀ ਮੁੰਬਈ 'ਚੋਂ ਇੱਕ ਵੀ ਗਵਾਹ ਨਹੀਂ ਮਿਲੂ, ਸੁਰਜਣ ਤਾਂ ਕੀ ਚੀਜ਼ ਹੈ, ਫੜਕਾ ਕੇ ਆਓ ਮਾਰੂੰ, ਫੜਕਾ ਕੇ ਆਓ ਮਾਰੂੰ। ਜਿਹੜਾ ਭਾਂਡਾ ਜ਼ਿਆਦਾ ਉਬਲਦਾ ਹੈ ਨਾ ਆਪਣੇ ਕੰਡੇ ਸਾੜ ਬੈਂਦਾ। ਸੰਧੂ ਅਤੇ ਚੱਡੇ ਦੇ ਮਾਮਲੇ 'ਚ ਤੂੰ ਕੁਛ ਨਹੀਂ ਕਰੇਗਾ, ਇਲੈਕਸ਼ਨ ਆ ਰਹੇ ਨੇ, ਲੋਕਾਂ ਨੇ ਫੜਕਾ ਕੇ ਆਓ ਮਾਰਨਾ, ਖੜਕਾ ਵੀ ਨਹੀਂ ਹੋਣ ਦੇਣਾ। ਉਹ ਤੂੰ ਕਰਨ ਕੀ ਗਿਆ ਸੀ ਮੁੰਬਈ? ਸਲਾਹ ਤੁਹਾਨੂੰ ਹੋਰ ਦੇਣੀ ਸੀ ਕਿ ਆ ਕੋਰਟ ਕਚਹਿਰੀਆਂ 'ਚੋਂ ਲੱਭਣਾ ਕੁਛ ਨਹੀਂ, ਐਵੇਂ ਏਜੰਟਾਂ ਨੂੰ ਲੈ ਦੇ ਕੇ। ਨਹੀਂ ਨਹੀਂ ਜੇ ਤੁਸੀਂ ਕਹੋ ਤਾਂ ਮੈਂ ਨਿਪਟਾ ਦਿੰਦਾ। ਕਰਮੇ ਦੇ ਬਾਪੂ, ਵੇਖੀ ਜ਼ਰਾ ਆਹਾਰ ਕਿਹੋ ਜਿਹਾ ਲੱਗਦਾ, ਮੇਰੀ ਮਾਂ ਨੇ ਦਿੱਤਾ ਸੀ ਮੈਨੂੰ, ਹੁਣ ਮੈਂ
ਕਰਮੇ ਦੀ ਵਹੁਟੀ ਨੂੰ ਦੇਣਾ ਆ। ਲੈ ਤੂੰ ਕਿਉਂ ਉਦਾਸ ਚ ਬੈਠਾ? ਕਰਮੇ ਦਾ ਫੋਨ ਆਊਗਾ, ਸ਼ਿਕਾਇਤ ਲਗਾ ਦੂੰ। ਆ ਜਾਣਾ ਆ ਉਹਨੇ, ਐਵੇਂ ਨਾ ਫਿਕਰ ਕਰਿਆ ਕਰ। ਚੱਲ ਸੌ ਜਾ ਹੁਣ ਆਰਾਮ ਨਾਲ। ਤੇਰੇ ਨਾਲ ਜਾਣ ਦੀ ਤਾਂ ਕੋਈ ਲੋੜ ਨਹੀਂ ਹੈ, ਝਗੜਨਾ ਤਾਂ ਵਕੀਲ ਨੇ। ਚਲੋ ਫੇਰ ਵੀ ਤੁਸੀਂ ਦੱਸ ਦਿਓ। ਤੁਸੀਂ ਆ ਜਿੰਨੇ ਦਿਨ ਮੈਂ ਗਿਆ ਰਿਹਾ ਸ਼ਿੰਦਰ ਦੀ ਦੇਖਭਾਲ ਕਰਿਓ, ਇਹੀ ਬਹੁਤ। ਦੇਖੋ ਸਰਦਾਰ ਸੁਰਜਨ ਸਿੰਘ ਜੀ, ਮੈਂ ਪੰਜਾਬੀ ਚੰਗੀ ਤਰ੍ਹਾਂ ਸਮਝ ਸਕਦੀ ਹਾਂ, ਤੁਸੀਂ ਪੰਜਾਬੀ 'ਚ ਬੋਲੋ ਜੀ। ਅੱਛਾ, ਏਜੰਟਸ ਨੇ ਕਿਸੇ ਕਿਸਮ ਦੀ ਕੋਈ ਰਸੀਦ ਜਾਂ ਕੋਈ ਕਾਗਜ਼ ਪੱਤਰ ਤੁਹਾਨੂੰ ਦਿੱਤਾ ਹੋਣਾ? ਨਹੀਂ ਜੀ, ਮੇਰੇ ਕੋਲ ਤਾਂ ਉਹ ਜ਼ਮੀਨ ਦੀ ਰਜਿਸਟਰੀ ਦੀ ਨਕਲ ਹੈ ਜਿਹੜੀ ਵੇਚ ਕੇ ਪੈਸੇ ਦਿੱਤੇ ਨੇ। ਪੈਸੇ ਦੇਣ ਵੇਲੇ ਕੋਈ ਗਵਾਹ? ਨਹੀਂ ਜੀ, ਪੈਸੇ ਤਾਂ ਘਰੋਂ ਲੈ ਕੇ ਗਏ ਸੀ, ਹੋਰ ਤਾਂ ਕੋਈ ਨਹੀਂ ਸੀ ਕੋਲ। ਦੇਖੋ ਇਸ ਕੇਸ ਵਿੱਚ ਆਪਾਂ ਨੂੰ ਸੰਧੂ ਤੇ ਚੱਡੇ ਦੀ ਇਨਵੋਲਵਮੈਂਟ ਪ੍ਰੂਵ ਕਰਨੀ ਪੈਣੀ ਹੈ। ਹਾਂ, ਸਾਂਤਾਕਰੂਜ਼ ਥਾਣੇ ਦੀ ਪੁਲਿਸ ਨੇ FIR 'ਚ ਇੱਕ ਵੇਟਰ ਦਾ ਜ਼ਿਕਰ ਕੀਤਾ ਹੈ ਜਿਹਨੇ ਸੰਧੂ ਤੇ ਕਰਮੇ ਵਿੱਚ ਤਕਰਾਰ ਹੁੰਦੀ ਵੇਖੀ ਤੇ ਸੁਣੀ ਹੈ, ਪਰ ਉਹ ਇੱਕੋ ਚਸ਼ਮਦੀਦ ਬਹੁਤ ਹੈ। ਤੁਸੀਂ ਫਿਕਰ ਨਾ ਕਰੋ, ਪਾਣੀ ਪੀਓ। ਸਰਦਾਰ ਜੀ, ਇੱਕ ਬਾਤ ਧਿਆਨ ਰੱਖਣੇ ਕਾ, ਵੋ ਲੋਕ ਵੀ ਚੁੱਪ ਬੈਠਨੇ ਵਾਲਾ ਨਹੀਂ ਹੈ, ਉਹਨੇ ਬਹੁਤ ਬੜਾ ਕ੍ਰਿਮੀਨਲ ਲਾਇਰ ਕੀਆ ਹੈ, ਸੁਭਾਸ਼ ਜੇਠ ਮਲਾਨੀ। ਹੌਲਦਾਰ ਜੀ, ਹੈਂ, ਇੱਕ ਕੰਮ ਕਰੋਗੇ ਮੇਰਾ? ਮੁਝੇ ਉਸ ਹੋਟਲ ਕਾ ਨਾਮ ਔਰ ਪਤਾ ਬਤਾਓ ਜਿਸਮੇ ਕਰਮਾ ਠਹਿਰਾ ਥਾ। ਵਾਹ 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 ਸਰਦਾਰ ਜੀ, ਸਰਦਾਰ ਜੀ, ਇਹ ਮੁੰਬਈ ਨਗਰੀਆ ਹੈ, ਮੁੰਬਈ ਨਗਰੀਆ। ਪਹਿਲੇ ਚਾਹ ਪਾਣੀ ਤੋ ਹੋਣੇ ਕੋ ਮੰਗਤਾ ਹੈ ਨਾ, ਫਿਰ ਕੰਮ ਕਰਨੇ ਕਾ ਮੰਗਤਾ ਹੈ। ਪਹਿਲੇ 202 ਨੰਬਰ ਜੀ। ਮਿਹਰਬਾਨੀ ਜੀ, ਮੈਨੇਜਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਅਗਰ ਕਮਰਾ ਨੰਬਰ 204 ਮਿਲ ਜਾਂਦਾ ਤੋ ਜੀ। 204 204 ਮੈਂ ਸਕਿਆ ਹੈ, ਉਸਮੇ ਮੇਰਾ ਬੇਟਾ ਕਰਮ ਰਹਿੰਦਾ ਥਾ ਜੀ, ਉਸ ਕਾ ਕਮਰਾ। ਆਪ ਉਨਕੇ ਪਿਤਾ ਜੀ ਹੈ? ਹਾਂਜੀ। ਪਾਣੀ ਪੀਜੀ, ਪਾਣੀ ਪੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ।
ਮੈਂ ਕਿਹਾ ਜੀ ਭੈਣ ਜੀ ਸਾਰਾ ਦਿਨ ਕਰਮੇ ਵਾਲੀ ਸੀਡੀ ਲਗਾਈ ਰੱਖਦੀ ਆ ਟੈਲੀਵਿਜ਼ਨ 'ਤੇ ਦੇਖੇ ਨਾ ਜਵਾਕਾਂ ਨੇ ਵੀ ਟੀ ਵੀ ਦੇਖਣਾ ਹੁੰਦਾ ਹੈ ਕਿ ਨਾ ਜੀ ਐਵੇਂ ਨਿਤ ਕਲੇਸ਼ ਹੁੰਦਾ ਇਸੇ ਗੱਲ ਨੂੰ ਲੈ ਕੇ ਮੈਂ ਤਾਂ ਦੁਖੀ ਹੋ ਗਈ ਅੱਛਾ ਫਿਰ ਕਰਦਾ ਮੈਂ ਪ੍ਰਾਹੁਣੇ ਨਾਲ ਗੱਲ ਛੱਡ ਆਵਾਂਗੇ ਹਾਂਜੀ ਜੇਠ ਮਲਾਨੀ ਸਾਹਿਬ ਹਾਂਜੀ ਨਮਸਕਾਰ ਉਹ ਜੀ ਖਬਰ ਮਿਲੀ ਹੈ ਕਿ ਬੰਦੋਂ ਕੋ ਫਿਰ ਸੇ ਹਵਾਲਾਤ ਭੇਜ ਦਿਆ ਕੋਈ ਕਮੀ ਰਹਿ ਗਈ ਕਿਆ ਵੋ ਪੁਲਿਸ ਵੇਟਰ ਕਾ ਐਫੀਡੇਵਿਟ ਲੈ ਆਈ ਇਸ ਲਈ ਜ਼ਮਾਨਤ ਨਹੀਂ ਹੋ ਪਾਈ ਤੋ ਅਬ ਕਿਆ ਹੋਗਾ ਹਾਂ ਖੈਰ ਆਪ ਮੇਰੇ ਹੋਤੇ ਹੋਏ ਚਿੰਤਾ ਮਤ ਕਰੀਏ ਲੱਗਦਾ ਹੈ ਕੁਛ ਹੋਰ ਵੀ ਕਰਨਾ ਪਊਗਾ ਲੈ ਭਾਈ ਐਮਐਲਏ ਜੀ ਆਹਾ ਕੀ ਗੱਲ ਕਰਤੀ ਤੂੰ ਭਲਾ ਹੈ ਕਿ ਨਾ ਜੀ ਹੈ ਬਈ ਤੁਸੀਂ ਮੇਰੀ ਭਰਜਾਈ ਦੇ ਭਰਾ ਦੇ ਸਾਲੇ ਦੇ ਸਾਂਢੂ ਹੀ ਨਹੀਂ ਹੁਣ ਤਾਂ ਸਾਡੇ ਵੀ ਬਾਈ ਜੀ ਹੋ ਹੈ ਕਿ ਨਾ ਹੈ ਉਹ ਵੀ ਕਹਿੰਦੇ ਨੇ ਨਾ ਜੱਟਾਂ ਦੀ ਨਾਨੀ ਤਾਂ ਇੱਕ ਹੀ ਹੁੰਦੀ ਹੈ ਮੈਨੂੰ ਤਾਂ ਜਾਣੀ ਜਦੋਂ ਦਾ ਪਤਾ ਲੱਗਾ ਹੈ ਨਾ ਆਪਣੇ ਇਸ ਕੀਰੀ ਦਾ ਮੈਂ ਤਾਂ ਗਿੱਠ ਉੱਚੀ ਹੋਈ ਫਿਰਦੀ ਹਾਂ ਆਪਣਿਆਂ 'ਤੇ ਮਾਣ ਹੁੰਦਾ ਹੈ ਕਿ ਨਾ ਜੀ ਇਸ ਮਾਣ ਕਰਕੇ ਤਾਂ ਆਇਆ ਭੈਣ ਇਸ ਵਾਰ ਮੇਰੀ ਤੀਜੀ ਟਰਮ ਹੈ ਉਹ ਸਰਕਾਰ 16 ਆਨੇ ਆਪਣੀ ਬੰਨੀ ਹੈ ਬਸ ਇੱਕ ਵਾਰ ਸੀਟ ਜਿੱਤ ਲਈ ਚੰਡੀ ਵਾਲੀ ਕਾਰ ਪੱਕੀ ਉਹ ਕਿਹੜਾ ਮਨਿਸਟਰੀ ਮਿਲ ਜਾਏ ਫਿਰ ਜੱਜ ਵੀ ਆਪਣਾ ਕਹਿ ਕੁਆ ਕੇ ਤੁਹਾਡਾ ਪਹਿਲੀ ਵਾਲਾ ਕੇਸ ਤੁਹਾਡੇ ਹੱਕ 'ਚ ਕਰਾ ਦੂੰ ਅੱਛਾ ਐ ਹੋ ਜੂ ਜੀ ਹੋ ਜੂਗਾ ਗਿੱਲ ਸਾਹਿਬ ਹੋ ਜੂਗਾ ਅੱਛਾ ਤੁਸੀਂ ਇਹ ਦੱਸੋ ਆਪਣੇ ਸੁਰਜਣ ਸਿੰਘ ਹੁਣੀ ਮਿਲਦੇ ਆ ਨਾ ਭੈਣ ਜੀ ਦਾ ਕੀ ਹਾਲ ਚਾਲ ਹੈ ਬਸ ਠੀਕ ਆ ਜੀ ਨੀਮ ਪਾਗਲ ਜੀ ਹੋ ਗਈ ਆ ਡਾਕਟਰ ਕਹਿੰਦੇ ਨੇ ਬਾਈ ਜੀ ਉਹਨਾਂ ਦੀ ਸੋਚ ਜਾਣੀ ਖੜ ਗਈ ਇੱਕ ਥਾਂ 'ਤੇ ਤੁਹਾਨੂੰ ਤਾਂ ਪਤਾ ਹੀ ਹੈ ਬਾਈ ਜੀ ਜਵਾਨ ਜਾਣ ਪੁੱਤ ਦੇ ਤੁਰ ਜਾਣ ਦਾ ਦੁੱਖ ਚੱਲਣਾ ਕਿਹੜਾ ਸੁਖਾਲਾ ਹੁੰਦਾ ਹੈ ਕਿ ਨਾ ਜੀ ਉਹਦਾ ਭੈਣ ਦੁੱਖ ਤਾਂ ਮੈਨੂੰ ਵੀ ਬਹੁਤ ਅਕਰ ਮੈਂ ਆਪਣਾ ਘਰ ਦਾ ਮੁੰਡਾ ਸੀ ਹੁਣ ਤੁਹਾਡੇ ਦੋਨਾਂ ਦੁੱਖਾਂ ਦਾ ਲਗਾਉਣਾ ਇਹ ਸੰਧੂ ਤੇ ਚੱਡੇ ਦੀ ਕਰਤੂਤ ਹੈ ਕੋਈ ਕਦੇ ਕਦੇ ਦਾ ਜੀ ਕਰਦਾ ਖੁੰਡੇ ਗੰਡਾ ਸਿਰਾਂ ਵੜਦੇ ਇੱਦਾਂ ਦੇ ਬੰਦਿਆਂ ਨੂੰ ਫਿਰ ਸੋਚਦਾ ਤਾਂ ਕਿਹੜਾ ਮੁੰਡਾ ਮੋੜ ਆਊਗਾ ਜਿਹੜਾ ਜੀ ਤੁਰ ਗਿਆ ਉਹ ਤਾਂ ਹੁਣ ਵਾਪਸ ਨਹੀਂ ਆਉਣਾ ਮੁਕੱਦਮੇ ਕਰਕੇ ਪਰਾਉਣਾ ਧੀਏ ਦੇ ਬੰਬਈ ਤੁਰਿਆ ਰਹਿੰਦਾ ਪਿੱਛੋਂ ਘਰ ਘਰ ਦਾ ਮੂੰਹ ਦੂਏ ਪਾਸੇ ਲੱਗ ਗਿਆ ਹੈ ਕਿ ਨਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਵਾਨ ਹੋ ਗਏ ਕਰਦੇ ਆ ਤੇਰੀ ਨੌਕਰੀ ਦਾ ਕੋਈ ਨਾ ਕੋਈ ਹੀਲਾ ਕੋਠੀ ਗੇੜਾ ਮਾਰਦਿਆ ਰਿਹਾ ਕਰ ਬੰਦਾ ਨਿਗਾਹ 'ਚ ਰਹਿੰਦਾ ਲੈ ਬਾਈ ਜੀ ਐਮਐਲਏ ਬਈ ਤੁਸੀਂ ਕਰਨਾ ਭਣੇਵੇਂ ਦਾ ਸਾਰਾ ਕੁਛ ਬਾਕੀ ਨਾ ਆਹ ਗੱਲ ਤੁਸੀਂ ਮੇਰੇ ਤੇ ਛੱਡ ਦਿਓ ਜਮਾਂ ਫਿਕਰ ਨਾ ਕਰੋ ਇਹ ਆਪ ਜਾਣਗੇ ਤੇ ਜਾ ਕੇ ਗੱਲ ਕਰਕੇ ਆਉਣਗੇ ਪ੍ਰਾਹੁਣੇ ਨਾਲ ਕਿਉਂ ਜੀ ਓਆ ਬਈ ਸੁਰਜਣ ਸਿਆ ਠੀਕ ਹੈ ਹੋਰ ਸੁਣਾ ਫਿਰ ਕੀ ਬੰਦਾ ਮੁੰਡੇ ਵਾਲੇ ਕੇਸ ਦਾ 3 ਤਰੀਕ ਹੈ ਮੂਰਲੇ ਮਹੀਨੇ ਦੀ ਅੱਛਾ ਅੱਛਾ ਉਹ ਖਰਚੇ ਵੀ ਅਮੜ ਮੱਤਾ ਹੋ ਗਏ ਕੇਸਾਂ 'ਚ ਅੱਜ ਕੱਲ੍ਹ ਮੁਨਸ਼ੀਆਂ ਤੋਂ ਲੈ ਕੇ ਵਕੀਲਾਂ ਤੱਕ ਹਰੇਕ ਹੀ ਬੁਰਕ ਮਾਰਨ ਨੂੰ ਫਿਰਦਾ ਖਰਚ ਦੀ ਨਾ ਪੁੱਛੋ ਸੇਠ ਜੀ ਰੂਹ ਵਾਂਗੂ ਉੱਡਦਾ ਪੈਸਾ ਹੱਥ 'ਚੋਂ ਆਹ ਪੈਸਿਆਂ ਨੂੰ ਹੀ ਆਇਆ ਪੈਸੇ ਤਾਂ ਪਹਿਲਾਂ ਹੀ ਖੜੇ ਨੇ ਚਾਚਾ ਸਿਆ ਉੱਤੋਂ 13ਵਾਂ ਮਹੀਨਾ ਬਈ ਔਖਾ ਹੈ ਤੂੰ ਐਂ ਕਰੀ ਫੇਰ ਮਾਰੀ ਗੇੜਾ ਚਾਹ ਚਾਚਾ ਨਹੀਂ ਚਲੋ ਠੀਕ ਹੈ ਬਾਅਦ 'ਚ ਮਾਰ ਲੂੰਗਾ ਗੇੜਾ ਤਰੀਕ ਪੈ ਗਈ ਹੈ ਗਵਾਹੀਆਂ ਹੋਣਗੀਆਂ ਕੇਸ ਤਾਂ ਸਾਫ ਹੈ ਬਸ ਇਹ ਪਤਾ ਨਹੀਂ ਲੱਗਾ ਵੀ ਜ਼ਾਲਮਾਂ ਨੇ ਮੁੰਡਾ ਮਾਰਿਆ ਕਿਉਂ ਹੈ ਇਹੋ ਜਿਹਾ ਕੀ ਕਰਤਾ ਸੀ ਕਰਮ ਨੇ ਹੋਣਾ ਕੀ ਹੈ ਬਸ ਆ ਲੱਗੀ
पर वो तो सोहा खांदे ने कि असी मुंडा नहीं मारिया। उन्हां दे बंदे तो पाई पाई मुड़न के जिहड़े आपां दित्ती सी आ कुछ पैसे दे भी। बाकी रही जमीन की गल, वो MLA साहब एक थापड़ के जिम्मेवारी लेंदे ने सारी जमीन वापस कराउण दी। शाबाश, बड़ा सियाणा हो गया मैं। मुंडे बदले पैसे, ये गल तेरे ख्याल च भी किवें आ गई कि मैं उत्त दी मड़ी विच तूं कपूरे वर्गे दलाल दे पिछे लग गई? पिछे लगण दी गल नहीं है, मैं तो सिर्फ इन्ना कह रहा सी कि आपां तो बंबई का ताह चलिया नहीं जाना। अगले जमीन भी मोड़ देने ते पैसे भी सारे। नहीं अवतार से, नहीं, मैं तेरे जिना सियाणा नहीं। तू आ पैसे चक ते जा। तू कोई गल समझदा क्यों नहीं प्रौणिया? बुढ़ापा रुलजू ते जमीन सारी वकीलां दे ढिड विच जाऊ। बस बस जमीन हिक ते तरके नहीं लै जानी अवतार सिंह। तू ये पैसे चक ते जिन्हां तो लैके आया उन्हां दे दे। अपनी भैन नूं छड़ जी। ਇਹ ਬਿਆਨਾਂ ਵੀ ਉਹਨਾਂ ਦਾ ਸਭ ਫਾਰਮੈਲਿਟੀਆਂ ਨੇ ਜੀ, ਬਜ਼ੁਰਗ ਵਹਿਮ ਕਰ ਜਾਂਦੇ ਨੇ, ਜੇ ਕਹੋ ਤਾਂ ਹੁਣੇ ਪਾੜ ਦਿੰਦੇ ਆ। ਹੁਣ ਖੁਸ਼ ਹੈ? ਉਹ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਸੁਰਜਣ ਸਿੰਘ, ਪੈਸਿਆਂ ਦੀ ਬਿਲਕੁਲ ਪਰਵਾਹ ਨਾ ਕਰੀ। ਜਿੰਨੇ ਚਾਹੀਦੇ ਹੋਏ ਦੱਸ ਦੀ, ਘਰੇ ਪਹੁੰਚਦੇ ਕਰ ਦਿਆਂਗੇ। ਉਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਹੁਣ ਗਿਆ ਬੰਦਾ ਤਾਂ ਵਾਪਸ ਨਹੀਂ ਆਉਂਦਾ। ਲਓ ਜੀ। ਓਲਾ ਸਰਜਣ, ਚਾਹ ਤਾਂ ਪੀ ਲੈਂਦੇ ਚਾਚਾ ਜੀ? ਨਹੀਂ ਬਸ, ਚੱਲ। ਮੱਝਾਂ ਕਾਹਨੂੰ ਵੇਚਤੀਆਂ? ਮੈਂ ਪੁੱਛਦੀ ਹਾਂ, ਮੱਝਾਂ ਕਾਹਨੂੰ ਵੇਚਤੀਆਂ? ਮੁੰਡੇ ਦੀ ਵਿਆਹ ਨੂੰ ਦੁੱਧ ਕਿੱਥੋਂ ਆਊਗਾ ਹੁਣ? ਤੂੰ ਵੀ ਨਾ ਹੱਦ ਕਰ ਦੇ ਨਾ ਕਦੇ ਕਦੇ। ਤੂੰ ਵਿਆਹ ਦੀ ਗੱਲ ਭੁੱਲ ਕਿਉਂ ਨਹੀਂ ਜਾਂਦੀ? ਬੰਬਈ ਜਾਣਾ ਕੇਸ ਤੇ, ਪਤਾ ਨਹੀਂ ਤੈਨੂੰ ਕਦ ਸਮਝਾ। ਹੈਲੋ ਜੇਠ ਮਲਾਨੀ ਸਾਹਿਬ, मैं ठीक हूँ जी, आप सुनाइए कैसे हैं? जमानत का क्या हुआ जी? जमानत की छोड़िए, केस खत्म होने के बारे में सोचिए। केस खत्म होने के बारे में? फिटनेस ही नहीं पहुंचा। अरे पहुंचेंगे भी नहीं सर। बस फिर अगली पेशी, केस खत्म और बंदे बरी। इंस्पेक्टर साहब, आज तो पुलिस के इलेक्शन में होने के बेस पर तारीख मैंने ले ली है, वो आपका वागले भी नहीं आया। मैंने कहा था ना कि स्वेटर से बात कीजिए, कंफर्म कीजिए, अगर अगली तारीख पर भी वो नहीं पहुंचता तो केस डिसमिस हो जाएगा, समझ गए ना आप? सुरजन सिंह जी, जे अपन गवाह नहीं मिलता तो अपना केस डिसमिस हो जाएगा। ਪਤਾ ਨਹੀਂ ਇਹ ਘਰ ਤਾਂ ਉੱਜੜ ਗਿਆ,
जी की गल हो गई? करमे नूं एजेंटा ने मार दिता ते कहंदे रहे कि असीं इंग्लैंड भेज दिता। करमे दी मां तां पागल होई पई है पुरदे। मैं हुणे उहनूं दवाई दे के आई हाँ, तू उहदे नाल करमे दी गल ना करी। अच्छा मैं चलती हूँ। मूह क्यों ढिला जहा छड्या पिया? पीछी मैं करम वास्ते मफलर ले आई सी। तेनू फोन नहीं किया उन्हें? हाँ नहीं, मैनू नहीं किया। आऊगा मैं उहदे कन्न खिचणे वेखी। उहदा बापू ना एवें जबड़ियां जिहा मारी जांदा, कहिंदा बई ले हुण करम ने नहीं आउणा। किदा नहीं आना? मैं उन्हें क्या ही नहीं कहीदा हुंदा अपनी जवान पुतली। आ जाना है उन्हें, एवें फिक्र ना कर। करूगा वो फोन। मैं तुहाडे वास्ते चाह बना के लियानी हाँ। ले एवें एवें कमली है पूरी। ਸਤਿ ਸ਼੍ਰੀ
ਬੇਟਾ ਸੀ ਮੇਰਾ ਕਰਮ, ਉਹਦਾ ਕਤਲ ਹੋ ਗਿਆ ਇੱਥੇ ਬੰਬੇ 'ਚ, ਕੇਸ ਲੱਗਿਆ ਹੋਇਆ। ਕਰਮ ਕਰਮ ਦੇ ਬਾਪੂ ਜੀ ਤੁਸੀਂ? ਪੈਰੀ ਪੈਣਾ ਬਾਪੂ ਜੀ, ਕਰਮ ਤਾਂ ਮੈਨੂੰ ਮਿਲਿਆ ਸੀ ਇੱਥੇ, ਮੈਂ ਜਾਣਦਾ ਉਹਨੂੰ ਚੰਗੀ ਤਰ੍ਹਾਂ। ਅੱਛਾ, ਤੁਸੀਂ ਐਂ ਕਰੋ ਮੇਰੇ ਨਾਲ ਘਰੇ ਆਓ। ਆਓ ਤਾਂ ਸੀ, ਛੋਟਾ ਜਿਹਾ ਕਮਰਾ ਮੇਰਾ, ਆ ਜਾਓ ਆ ਜਾਓ। ਚੜ੍ਹੇ ਪੱਤਿਆਂ ਦੇ ਵਾਂਗ ਸੁੱਕ ਗਈ ਹੈ ਜ਼ਿੰਦਗੀ, ਸੁੱਕ ਗਈ ਹੈ ਜ਼ਿੰਦਗੀ। ਮੈਂ ਰੱਬ ਉਹਨੂੰ ਮੰਨਿਆ ਸੀ, ਕੀਤੀ ਸੀ ਮੈਂ ਬੰਦਗੀ, ਕੀਤੀ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਦੋ ਹੀ ਔਰਤਾਂ ਨੂੰ ਪਿਆਰ ਕੀਤਾ, ਇੱਕ ਤਾਂ ਮੇਰੀ ਬੀਬੀ ਅਤੇ ਦੂਜੀ ਤਾਂ ਮੇਰੀ ਬੀਬੀ ਦਾ ਪਲੀਜ਼ ਖਿਆਲ ਰੱਖੀ ਮੇਰੇ ਜਾਣ ਤੋਂ ਬਾਅਦ। ਜ਼ਿੰਦਗੀ ਨੂੰ ਰੋਗ ਕਿਹਾ, ਇਟਸ ਸਿੰਪਲ ਡਿਨਾਇਲ ਸਿੰਡਰੋਮ। ਯੂ ਮੀਨ ਨੋ ਪੋਸੀਬਿਲਿਟੀ? ਔਨ ਦਾ ਕੰਟਰੇਰੀ, ਦ ਗ੍ਰੇਟ ਪੋਸੀਬਿਲਿਟੀਜ਼ ਦੇ ਹੈ ਜੀ। ਦੇਖੋ, ਅਜਿਹੇ ਕੇਸਾਂ ਵਿੱਚ ਹੁੰਦਾ ਇਹ ਹੈ ਕਿ ਮਨ ਕਿਸੇ ਫੈਕਟ ਨੂੰ ਸਵੀਕਾਰ ਕਰਨ ਤੋਂ ਮਨ੍ਹਾ ਕਰ ਦਿੰਦਾ ਹੈ। ਦੇਖੋ, ਇੱਕ ਪੋਸੀਬਿਲਿਟੀ ਹੋ ਸਕਦੀ ਹੈ। ਹੇ ਬੰਬਈ ਦੀ ਧਰਤੀ ਏ, ਸਾਰਿਆਂ ਨੂੰ ਦਈ ਬਾਪੂ ਜੀ, ਗੱਲ ਹੀ ਦਾਲ ਹੀ ਲੈ ਕੇ ਆਇਆ। ਦਾਲ ਹੀ ਬਹੁਤ ਹੈ, ਸਬਜ਼ੀ ਕੀ ਕਰਨੀ। ਮੈਨੂੰ ਪਤਾ ਹੈ, ਮਾਹਾਂ ਦੀ ਦਾਲ ਤੋਂ ਬਾਅਦ ਬਾਪੂ ਤੈਨੂੰ ਕੁਝ ਨਹੀਂ ਚਾਹੀਦਾ। ਆ ਤਾਂ ਹੀ ਤਾਂ ਗੰਢੇ ਹਰੀ ਮਿਰਚ ਸਪੈਸ਼ਲ ਲੈ ਕੇ ਆਇਆ ਤੇਰੇ ਲਈ, ਮੰਨਦਾ ਨਾ? ਆਪਾਂ ਤਾਂ ਮੁਰਗੀ ਲੈਣ ਆਏ ਨੂੰ ਮੱਝ ਵੇਚ ਦਈਏ। ਮੈਂ ਤਾਂ ਇਹ ਗੱਲ ਮੂੰਹੋਂ ਨਹੀਂ ਕੱਢੀ, ਤੈਨੂੰ ਕਿਵੇਂ ਪਤਾ? ਆ ਕਰਮ, ਤੇਰੀਆਂ ਗੱਲਾਂ ਸੁਣਾ ਸੁਣਾ ਕੇ ਨਾ ਮਾਂ ਦੀ ਦਾਲ ਦੀਆਂ ਭੁੱਖ ਲਾ ਦਾ ਸੀ, ਭੁੱਖ ਤੂੰ ਕਹਿੰਦਾ, ਤੈਨੂੰ ਕਿਵੇਂ ਪਤਾ? ਤੂੰ ਵੀ ਬੜੀ ਯਾਦ ਰੱਖੀ ਹੈ। ਯਾਦ ਰੱਖਣੀ ਪੈਂਦੀ ਹੈ ਬਾਪੂ ਸਿਆ, ਉਧਾਰ ਦਾ ਬਾਪੂ ਮਿਲਿਆ ਨਾ ਸਾਡੇ ਵੱਲ ਤਾਂ ਅਸਲੀ ਬਾਪੂ ਨੇ ਭੈਣ ਦੇ ਵੀਰ ਨੇ ਘਰੋਂ ਹੀ ਕੱਢਤਾ, ਕਹਿੰਦਾ ਮਰਾਸੀ ਮਰਾਸੀ ਹੈ ਕਹਿੰਦਾ ਤੂੰ। ਬਾਪੂ ਮੇਰੇ ਕੋਲ ਨਾ ਬੈਗ ਪਿਆ ਇੱਕ ਕਰਮ ਦਾ, ਆਇਆ ਸੀ ਇੱਕ ਦਿਨ, ਮੀਂਹ ਜਿਹਾ ਪੈਂਦਾ ਸੀ, ਉਹਦੇ ਜਾਣ ਲੱਗਿਆ ਬੈਗ ਛੱਡ ਗਿਆ। ਮੈਂ ਪੌੜੀਆਂ ਉਤਰਦੇ ਨੂੰ ਕਿਹਾ, ਮੈਂ ਕਿਹਾ ਬੈਗ ਲੈ ਜਾਓ, ਕਹਿੰਦਾ ਭੱਜਿਆ ਜਾਂਦਾ ਕਿਤੇ, ਲੈ ਜੂੰਗਾ। ਬੈਗ ਤਾਂ ਨਹੀਂ ਭੱਜਿਆ, ਪਤੰਤਰ ਆਪ ਭੱਜ ਗਿਆ, ਸਮਾਨ ਪਿਆ ਕੁਛ ਬੈਗ 'ਚ। ਚੱਲ ਸਵੇਰੇ ਦਿਖਾਊਂਗਾ। ਕੱਲ੍ਹ ਕਿਤੇ ਚੇਤੇ ਝੋਨਾ ਨਿਕਲ ਜਾਏ, ਹੁਣੇ ਨਾ ਦੇਖ ਲਈਏ। ਹਾਂ ਹੁਣ ਦੇਖ ਲੈਂਦੇ ਹਾਂ। ਕਾਕਾ ਜੀ ਦਾ ਬੈਗ, ਥੈਂਕ ਯੂ।
ਜਦੋਂ ਮੈਂ ਵੱਡਾ ਹੋ ਜੂ ਨਾ ਆਪਾਂ ਵੱਡੀ ਬੱਸ ਖਰੀਦਾਂਗੇ ਉਹਦਾ ਡਰਾਈਵਰ ਤੂੰ ਬਣੀ ਤੇ ਕਨੈਕਟਰ ਮੈਂ ਬਾਪੂ ਸਿਆਂ ਬਾਕੀ ਚੀਜ਼ਾਂ ਤੈਨੂੰ ਪਤਾ ਹੋਣਗੀਆਂ ਇੱਕ ਚੀਜ਼ ਦਾ ਨਹੀਂ ਵੀ ਤੈਨੂੰ ਪਤਾ ਹੋਣਾ ਸਾਨੂੰ ਹੀ ਪਤਾ ਫਿਰ ਕੀ ਹੈ ਕੋਈ ਰਾਜ ਕਰਮ ਸਿਉਂ ਦਾ ਰਾਜ ਕਰਮੇ ਦਾ ਰਾਜ ਕੀ ਹੈ ਹੁਣ ਤਾਂ ਕੋਈ ਮਨ ਨੂੰ ਜਿੱਤ ਲੈਂਦਾ ਮਨਜੀਤ ਮਨਜੀਤ ਹਾਂਜੀ ਹੋ ਗਿਆ ਕਾ ਵੇਲਾ ਉਹਦੀ ਕਰਦੀ ਉਡੀਕ ਮੈਂ ਕਰਦੀ ਉਡੀਕ ਮੈਂ ਉਹਦੇ ਅੱਗੇ ਅੱਖੀਆਂ ਵਿਛਾਈਆਂ ਆ ਚੇਤੀ ਮੈਂ ਵਿਛਾਈਆਂ ਆ ਚੇਤੀ ਮੈਂ ਮੇਰੇ ਰੱਬਾ ਦੱਸ ਮੈਂ ਕੀ ਕਰਾਂ ਆਪਣੇ ਮੁੰਡੇ ਦਾ ਭੋਗ ਪਾ ਕੇ ਕਦੋਂ ਦੇ ਵਿਹਲੇ ਹੋ ਗਏ ਸਾਡੇ ਘਰ ਚੋਂ ਪਤਾ ਨਹੀਂ ਕਦੋਂ ਚੁੱਕੀ ਜਾਊਗੀ ਫੁੜੀ ਜਿੱਦਣ ਹੋ ਗਈ ਆ ਨਾ ਪਿਓ ਨੇ ਟੋਕਣਾ ਨਾ ਭਾਈ ਨੇ ਮੇਰੇ ਪਿਓ ਨੇ ਤਾਂ ਜਨ ਨਹੀਂ ਸੀ ਵੇਖਣ ਦਿੱਤੀ ਜਿਹਦੇ ਲੜ ਲਾਤੀ ਆ ਗਈ ਇੱਥੇ ਉਹ ਪੋ ਬੀਜੀ ਤੁਸੀਂ ਐਵੇਂ ਨਕਲ ਪਿਆ ਕਰੋ ਵਿਆਹ ਨੂੰ ਇਹ ਵਿਚਾਰੀ ਕਿਹੜਾ ਮਨਾ ਕਰਦੀ ਹੈ ਪਰ ਦੁੱਖ ਚ ਹੈ ਜੀ ਚੱਲ ਚੁੱਪ ਕਰਨੀ ਹਾਂ ਤੈਨੂੰ ਕੀ ਪਤਾ ਜਦੋਂ ਤੇਰੇ ਸਿਰ ਛੱਡੀਆਂ ਪੈਣਗੀਆਂ ਹਾਂ ਵੱਡੀ ਹਮਦਰਦਣ ਦੇ ਦੇਖ ਮਨਜੀਤ ਕੱਪੜਿਆਂ ਬਾਰੇ ਤਾਂ ਤੈਨੂੰ ਮੈਂ ਵੀ ਕਹਿੰਦੀ ਹਾਂ ਕਿ ਤੂੰ ਰੰਗਦਾਰ ਪਾਇਆ ਕਰ ਮਰਿਆ ਹੋਇਆ ਨਾਲ ਮਰ ਥੋੜਾ ਹੁੰਦਾ ਮਰਨ ਦੀ ਗੱਲ ਤਾਂ ਮੈਂ ਵੀ ਨਹੀਂ ਕਰਦੀ ਭਾਬੀ ਪਰ ਜਿਹੜੇ ਕੱਪੜਿਆਂ ਦੇ ਰੰਗਾਂ ਦੀ ਗੱਲ ਤੁਸੀਂ ਕਰਦੇ ਹੋ ਉਹ ਤਾਂ ਅੰਦਰੋਂ ਹੀ ਨਿਕਲ ਗਏ ਕਿਤੇ ਰੰਗ ਬੰਦੇ ਦੇ ਅੰਦਰ ਖਿੜਦੇ ਨੇ ਤਾਂ ਬਾਹਰ ਆਉਂਦੇ ਨੇ ਸਾਨੂੰ ਪਤਾ ਹੈ ਮਨਜੀਤ ਕਿ ਤੂੰ ਬਹੁਤ ਦੁਖੀ ਹੈ ਅਸੀਂ ਸਾਰੇ ਤੇਰੇ ਦਿਲ ਦੀ ਹਾਲਤ ਨੂੰ ਸਮਝਦੇ ਹਾਂ ਪਰ ਤੂੰ ਆਪਣੇ ਵੀਰੇ ਦੀ ਇੰਨੀ ਕੁ ਗੱਲ ਮੰਨ ਲੈ ਅਤੇ ਨਿਰਮਲ ਨੂੰ ਮਿਲ ਲੈ ਤੂੰ ਉਹਨੂੰ ਸਾਡੇ ਵਿਆਹ 'ਚ ਦੇਖਿਆ ਸੀ ਜੇ ਨਾ ਪਸੰਦ ਆਵੇ ਤਾਂ ਬੇਸ਼ੱਕ ਤੂੰ ਮਨਾ ਕਰ ਦੇਵੀਂ ਬਾਪੂ ਇੱਕ ਗੱਲ ਦੀ ਸਮਝ ਨਹੀਂ ਲੱਗੀ ਯਾਰ ਤੂੰ ਨਰਮ ਤਾਂ ਬਹੁਤ ਆ ਐਡੀ ਵੱਡੀ ਲੜਾਈ ਕਿਵੇਂ ਵਿੱਟ ਲਈ ਪਾਣੀ ਤੋਂ ਵੱਧ ਤਾਂ ਕੋਈ ਨਰਮ ਨਹੀਂ ਹੁੰਦਾ ਦਿਲ ਸੀ ਪਰ ਜਦ ਆਪਣੀ ਆਈ ਤੇ ਆ ਜਾਏ ਨਾ ਪਾਣੀ ਪੱਥਰ ਪਾੜ ਦਿੰਦਾ ਬਾਪੂ ਹੌਸਲਾ ਤੇਰਾ ਸ਼ੇਰਾਂ ਵਾਲਾ ਹੈ ਪੁੱਤ ਵੀ ਤਾਂ ਹੀ ਸ਼ੇਰਾਂ ਵਰਗਾ ਸੀ ਉਹਦਾ ਨਾ ਇੱਕ ਆੜੀ ਸੀ ਯੁੱਧ ਵੀਰ ਜਾਣਦਾ ਉਹਨੂੰ ਯੁੱਧ ਵੀਰ ਸੁਣਿਆ ਨਹੀਂ ਕਦੇ ਨਹੀਂ ਮੈਂ ਨਹੀਂ ਜਾਣਦਾ ਮੇਰੇ ਕੋਲ ਇੱਥੇ ਦੋ ਤਿੰਨ ਵਾਰ ਆਇਆ ਉਹ ਕਰਮੇ ਨਾਲ ਅੱਛਾ ਪਰ ਜਦੋਂ ਕਰਮੇ ਵਾਲੀ ਜਦੋਂ ਦੀ ਗੱਲ ਵਾਪਰੀ ਹੈ ਉਦੋਂ ਬਾਅਦ ਨਾ ਮੁੰਡਾ ਦੇਖਿਆ ਨਾ ਉਹਨੇ ਫੋਨ ਚੱਕਿਆ ਮੈਂ ਕਈ ਵਾਰੀ ਫੋਨ ਲਾਇਆ ਫੋਨ ਆਫ ਹੀ ਆਉਂਦਾ ਉਹਦਾ ਮੁੰਡਾ ਪੰਜਾਬ ਤੋਂ ਸੀ ਨਾ ਗੁਰਦੁਆਰੇ ਹੀ ਬਹੁਤ ਨੇ ਉੱਥੇ ਗੁਰਦੁਆਰਾ ਸਾਹਿਬ ਸ਼ਹੀਦਾਂ ਦੀ ਧਰਤੀ ਕਰਕੇ ਨਾ ਜਾਂ ਤਾਂ ਫਤਿਹਗੜ੍ਹ ਸਾਹਿਬ ਤੋਂ ਹੈ ਮੁੰਡਾ ਜਾਂ ਚਮਕੌਰ ਸਾਹਿਬ ਤੋਂ ਸਮਝ ਲੈ ਵੀ ਕਲਾਈਮੈਕਸ ਹੈ ਆਖਰੀ ਸੀਨਾਂ 'ਚ ਫਿਰਦੇ ਹਾਂ ਆਪਾਂ ਦੀ ਐਂਡ ਕਰਨਾ ਨਾ ਤਾਂ ਯੁੱਧ ਵੀਰ ਨੂੰ ਲੱਭਣਾ ਪੈਣਾ ਤੂੰ ਐਂ ਕਰ ਬਾਪੂ ਸਿਆਂ ਤੂੰ ਚੱਲ ਪੰਜਾਬ ਤੂੰ ਉਹਦੀ ਪੈੜ ਉੱਧਰ ਲੱਭ ਮੈਂ ਬੰਬਈ ਦੇ ਵਿੱਚ ਤੀਸਰੀਆ ਖੋਲਦਾ ਠੀਕ ਹੈ
ਤੇਰੇ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਯੁੱਧਵੀਰ ਤੇਰਾ ਹੀ ਨਾਮ ਹੈ ਕਾਕਾ? ਤੁਸੀਂ ਯੁੱਧਵੀਰ ਸਿੰਘ ਤੋਂ ਬੰਬਈ ਵੀ ਰਹਿ ਕੇ ਆਏ? ਹਾਂਜੀ, ਮੈਂ ਕਰਮ ਦਾ ਬਾਪੂ ਹਾਂ। ਤੁਹਾਡੇ ਨਾਲ ਬਈ ਕਈ ਵਾਰੀ ਆਉਣ ਦਾ ਸੋਚਿਆ, ਬਸ ਆ ਇਲੈਕਸ਼ਨਾਂ ਦੇ ਚੱਕਰ 'ਚ ਟਾਈਮ ਨਹੀਂ ਲੱਗਿਆ।
ਪਹਿਲਾਂ ਹੱਥ ਚੱਕ ਮੋਢੇ ਤੇ। ਉਹ ਤਾਂ ਗੁੱਸਾ ਤੇਰਾ ਵੀ ਜਾਇਜ਼ ਹੈ, ਮੈਂ ਤਾਂ ਇਹ ਸੋਚ ਰਿਹਾ ਸੀ ਕਿ ਹੱਥੋਂ ਗਈ ਹੋਈ ਜ਼ਮੀਨ ਮੁੜ ਕੇ ਨਹੀਂ ਮਿਲਦੀ। ਮੁੜਦੇ ਤਾਂ ਪੁੱਤ ਵੀ ਨਹੀਂ ਹੁੰਦੇ ਕਪੂਰ ਸਿੰਘ, ਆਪਾਂ ਸਿੱਧੇ ਨਾ ਹੀ ਹੋਈਏ। ਕਿਉਂ ਸਿੱਧੇ ਹੋਣ ਨੂੰ ਆਪਣਾ ਵੱਟ ਦਾ ਰੌਲਾ ਹੈ? ਵੱਟ ਪਿੱਛੇ ਨਹੀਂ ਸੀ ਲੜਦਾ ਮੈਂ, ਜੇ ਰੌਲਾ ਵੱਟ ਦਾ ਹੀ ਹੁੰਦਾ ਮੈਂ ਆਪ ਵਾਹ ਕੇ ਤੇਰੀ ਜ਼ਮੀਨ 'ਚ ਲੜਾ ਦਿੰਦਾ। ਵੱਟਾਂ ਡੌਲਾਂ ਦੇ ਓਹਲੇ 'ਚੋਂ ਤੈਨੂੰ ਮੁੰਡਿਆਂ ਦੀਆਂ ਜ਼ਿੰਦਗੀਆਂ ਨਹੀਂ ਦਿਸਦੀਆਂ? ਦਿਸਦਾ ਤਾਂ ਮੈਨੂੰ ਬਹੁਤ ਕੁਛ ਹੈ ਸੁਰਜਨ ਸਿੰਘ, ਪਰ ਤੇਰੀ ਨਿਗਾਹ ਨਹੀਂ ਜਾਂਦੀ ਉੱਥੇ ਤੱਕ। ਕਿਸੇ ਭੁਲੇਖੇ 'ਚ ਨਾ ਰਹੀ ਐਮ ਐਲ ਏ ਸਾਹਿਬ, ਮੇਰੀ ਨਿਗਾਹ ਤਾਂ ਚੱਡੇ ਉਹਨਾਂ ਦੇ ਪਾਰ ਜਾ ਕੇ ਤੈਨੂੰ ਖੜੇ ਨੂੰ ਦੇਖਦੀ। ਜੇ ਅਦਾਲਤ ਨੇ ਇਨਸਾਫ ਨਾ ਕੀਤਾ ਨਾ, ਉਹਨਾਂ ਨੂੰ ਪਰੇ ਹਟਾ ਕੇ ਤੇਰੇ ਤੱਕ ਪਾਉਂ। ਅੱਛਾ, ਤਾਂ ਤੂੰ ਸੋਚਦਾ ਹਾਥੀ ਕੀੜੀ ਨਾ ਟਿੱਕੇ ਡਿੱਜੂ, ਜੇ ਆਈ ਤੇ ਆ ਕੇ ਨਾ ਉਛਾੜ ਤੂੰ। ਹਾਥੀ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਹੈ ਤਾਂ ਜਾਨਵਰ। ਜਦ ਬੰਦੇ ਦੇ ਗੇੜ 'ਚ ਆਇਆ ਸੂਈ ਦੇ ਨੱਕੇ ਥਾਣੀ ਲੱਗਦੇ ਦੇਖੀ ਅੱਤ ਮਾੜੀ ਹੁੰਦੀ। ਅੱਤ ਹਜੇ ਤੱਕ ਤੂੰ ਦੇਖੀ ਕਿੱਥੇ ਹੈ ਸੁਰਜਨ ਸਿਆ? ਤੇਰੇ ਵੱਲ ਤਾਂ ਮੈਂ ਅੱਖ ਚੱਕ ਕੇ ਵੀ ਨਹੀਂ ਵੇਖਿਆ, ਦੋ ਵਾਰ ਅੱਖ ਚੱਕਦੀ ਨਾ ਸੁਰਮਾ ਬਣਾ ਦੂੰ ਸੁਰਮਾ। ਇੱਥੋਂ ਬੋਲਣਾ ਇੱਥੋਂ ਢਿੱਡ 'ਚੋਂ, ਤੈਨੂੰ ਪਤਾ ਲੱਗੇ ਬਈ ਲੜਾਈ ਲੜਨ ਤੇ ਲੜਾਈ ਦਾ ਪਖੰਡ ਕਰਨ 'ਚ ਕੀ ਫਰਕ ਹੈ? ਪਖੰਡ ਤਾਂ ਫਿਰ ਵੀ ਕੋਈ ਚੀਜ਼ ਹੁੰਦਾ, ਤੇਰੇ ਲਈ ਤਾਂ ਮੈਨੂੰ ਉਂਗਲੀ ਹਿਲਾਉਣ ਦੀ ਵੀ ਲੋੜ ਨਹੀਂ ਪੈਣੀ। ਮਿਆਨ ਤੇ ਮੜੀ ਮਖਮਲ ਵੇਖ ਕੇ ਤਲਵਾਰ ਦੀ ਤਹਾਰ ਦਾ ਹਲਕ ਅੰਦਾਜ਼ਾ ਲਾ ਰਿਹਾ ਕਪੂਰ ਸਿੰਘ। ਤਲਵਾਰਾਂ ਦੇ ਜ਼ਮਾਨੇ ਬੀਤ ਗਏ ਨੇ ਸੁਰਜਨ ਸਿੰਘ, ਭੁੱਲ ਜਾ ਮੁੰਡੇ ਨੂੰ, ਬੀਤ ਗਿਆ। ਇਲੈਕਸ਼ਨ ਤੋਂ ਬਾਅਦ ਜੋ ਕਹੇਗਾ ਕਰ ਲਾਂਗੇ। ਕਪੂਰ ਸਿੰਘ ਇੱਕ ਗੱਲ ਕੰਨ ਖੋਲ ਕੇ ਸੁਣ ਲੈ, ਮੇਰਾ ਕਰਮ ਤੇਰੇ ਜਿਹਾਂ ਲਈ ਬੇਸ਼ੱਕ ਬੀਤੇ ਵਕਤ ਹੋਵੇ, ਮੈਂ ਉਸਨੂੰ ਪੰਜਾਬ ਦੇ ਮੁੰਡਿਆਂ ਦਾ ਭਵਿੱਖ ਨਹੀਂ ਬਣ ਦਿਆਂਗਾ। ਦਹੀਂ ਦੇ ਭੁਲੇਖੇ ਕਿਤੇ ਕਪਾਹ ਨੂੰ ਬੁਰਕਣਾ ਮਾਰ ਬੈਠੇ, ਨਿਸ਼ੰਗ ਆਣ ਖੜੀ ਚੱਡੇ ਤੇ ਸੰਤ ਦੇ ਬੁਰ। ਇਹ ਉਹ ਮਸਕਰੇ ਦੇ ਸਿਰ ਤੇ ਟੱਪਦਾ ਹੈ ਜਿਹੜਾ ਮੁੰਬਈ 'ਚ ਗਵਾਹੀਆਂ ਲੱਭਦਾ ਫਿਰਦਾ ਹੈ, ਕਰਦਾ ਮੈਂ ਉਹਦਾ ਵੀ ਇੰਤਜ਼ਾਰ। ਚੱਲ ਬੰਬੇ ਫੋਨ ਲੱਗ ਦੇ ਮੈਨੂੰ। ਹੈਲੋ, ਆ ਮੇਰੀ ਬਾਤ ਧਿਆਨ ਸੇ ਸੁਣੋ, ਉਹ ਸੁਰਜਨ ਸਿੰਘ ਕੇ ਸਾਥ ਜੋ ਕਰ ਘੁੰਮ ਰਹਾ ਉਸਕੀ ਠੀਕ ਸੇ ਸੇਵਾ ਕਰੋ। ਬੰਦੇ ਤਾਂ ਬੁਰੀ ਤੇ ਉੱਤਰ ਆਏ ਪਵੇਲ ਸਿਆ, ਬੁਰੇ ਤਾਂ ਮੈਂ ਵੀ ਬੈੜ ਬਣ ਕੇ ਟੱਕਰਦਾ ਬਾਪੂ, ਜੇ ਪਹਿਲਾਂ ਪਤਾ ਹੁੰਦਾ ਸਾਲਾ ਸੀਨ ਦਾ, ਆ ਫਾਈਟ ਸੀਨ ਜਾਂ ਅਚਾਨਕ ਹੀ ਆ ਗਿਆ ਵਿੱਚ। ਹੁਣ ਹੈਗੇ ਆਪਣੇ ਕੋਲ ਅਗਲੇ ਐਕਸ਼ਨ ਲਈ 4-5 ਦਿਨ, ਪੂਰੀ ਤਿਆਰੀ ਨਾਲ ਉਤਰਾਂਗੇ। ਹੁਣ 4-5 ਤਾਂ ਫਿਰ ਮੈਂ ਵੀ ਛੱਡੂ। ਲਾ ਬੰਦੇ ਹੈ ਕੌਣ ਸੀ ਉਹ ਪਵੇਲ? ਮੇਨ ਵਿਲਨ ਤਾਂ ਨਹੀਂ ਕੋਈ ਸਾਹਮਣੇ ਆਇਆ, 4-5 ਫੀਲੇ ਜੇ ਸੀ ਉਹਦੇ, ਸਾਲੇ ਕੈਮਰਾ ਐਕਸ਼ਨ ਕਹਿ ਕੇ ਨਾਲ ਦੀ ਨਾਲ ਪੈ ਖੜੇ, ਸਾਊਂਡ ਦੀਆਂ ਆਵਾਜ਼ਾਂ ਤਾਂ ਮੇਰੀਆਂ ਹੀ ਆਈਆਂ ਨੇ, ਹਾਏ ਓਏ ਹੂਏ। ਚੱਲ ਛੱਡ ਇਹਨਾਂ ਗੱਲਾਂ ਨੂੰ, ਉਹ ਸੱਚ ਯੁੱਧ ਵੀਰ ਵਾਲੀ ਗੱਲ ਤਾਂ ਦੱਸ ਪੂਰੀ। ਉਹ ਤਾਂ ਮੁੱਕਰ ਗਿਆ, ਕਹਿੰਦਾ ਮੈਂ ਕਰਮੇ ਨੂੰ ਜਾਣਦਾ ਹੀ ਨਹੀਂ। ਮੁੱਕਰਨਾ ਹੀ ਸੀ, ਖੜਨ ਵਾਲਾ ਹੁੰਦਾ ਤਾਂ ਭਾਈ ਦਾ ਕਾਣੂ। ਵੈਸੇ ਬਾਪੂ ਮੈਨੂੰ ਲੱਗਦਾ ਕਰਮੇ ਵਾਲੀ ਫਿਲਮ ਦਾ ਕੋਈ ਪੰਜਾਬ ਤੋਂ ਡਾਇਰੈਕਟ ਕਰ ਰਿਹਾ। ਇਹ ਚੱਡਾ ਤੇ ਸੰਧੂ ਤਾਂ ਅੰਦਰ ਨੇ, ਕਿਹੜਾ ਹੋ ਸਕਦਾ ਹੈ? ਕਪੂਰਾ ਹੈ ਐਮ ਐਲ ਏ,
की गल, तू फेड आउट जी हो गया? मेरे तो सियाणियां दा कहा याद आंदा, देह बचा के लड़न दा कोई राह नहीं हुंदा, किते ना किते लहू डुलण दी नौबत जरूर आंदी है। तेरे ते हमला करके कपूरे ने अपनी लड़ाई उत्थे ले आंदी। मेरी समझ कहिंदी है कचहरी तो पहला हाथों पाई जरूर करेंगे। ठीक है फिर, शब्द का तो मैनू पता नहीं किमें है, पर दसवें पातशाह की कही है गल मेरे याद है कि जे जालम अत कर दे तो फिर हथियार चुक लेना उनका काम होता। ओ जुद्धवीर सिया, तू डरदा क्यों है? ओ बहुते पैसे वाले बंदे ने बापू, जिन्ने दी अपनी ये दुकान है ना, इन्ने पैसे दी ओ एक पुड़ी बेचदे ने स्मैक दी। ओ पैसे वालियां को मंग के खाने आ? किरत सब तो उत्तम हुंदी आ जुद्धवीर सिया। ओ तां ठीक है बापू, पर वो बंदा मार लगे एक मिनट नहीं लाते, मैं अपने अखी देखे उन्होंने जुलम। औरंगजेब तो भी वध जालम जरवाने ने, 10 लाख फौज सी गढ़ी दुआले, उधर वेख उतों दशमेश ने अपने हथी लाला नू तोरिया सी लाड़ी मौत व्याहुण, मुट्ठी भर सिंघा मूहरे जुलम हारिया के नहीं, ताड़ी मार के निकलिया दशमेश ललकार के। तू डर के घर बह गया? मैं दशमेश नू की मूव खाऊं? जे मैं ना बहिंदा ना बापू, उन्होंने विच ना बोल, मेरी गल सुन लै, जे तू गीदी पुणा दिखाएगा ना ते तेरी मेरी बस है, तेरा मूह वेखना तो एक पासे, मैनू तेरी पिट देखनी भी त्रिग है। जे जीवे पत लथी जाए सब हराम, जे ता किस खाए। तुहानू पता है निर्मल जी, बहुत अफसोस होया, जे हादसा ना हुंदा साडा व्याह होना सी। मैनू सब पता है, उस गैर हाजिर रूहां कदे भी गैर हाजिर नहीं होंदी है निर्मल जी। मैं अपने आप नू उस परिवार नाल जोड़ लिया है ते हमेशा जुड़ी रहना चाहूंगी। सोच लो। सोच के सब तय करके ही आया मैं मनजीत, उस परिवार दे दुख च तुहाडे बराबर निभांगा। मिस्त्रियां दा मुंडा? हां चमकौर साहब वाला ना। हां ओ हुक्म नहीं तू लेना है यार। पानी भी तू किवें फ्रेम च एंटर कर गया? बापू तो कहना तेरे ते सेंसर वाली कैंची फिर गई। किसी ने
हेलो कौन बोलता है? तेरा बाप बोलता है जदों किद्दर दी मौत आउंदी है ना वो शहर वल भजदा है ते तू मरन आ गया इत्थे मुंबई च जे तू गवाही दित्ती ना मैनू पता है तेरे घर वाले किथे रहिंदे ने समझ गया ना ध्यान रखी मेरी गल दा कोर्ट च नहीं जाएगा बस Thank you.
ਇਹ ਨਹੀਂ ਹੋ ਸਕਦਾ। ਸੁਰਜਨ ਸਿਆ ਕਰ ਲਾ ਉੱਪਰ ਦੀ ਤਿਆਰੀ। ਹੈਲੋ, ਮੈਂ ਮਨਜੀਤ ਬੋਲ ਰਹੀ ਹਾਂ ਪੰਜਾਬ ਤੋਂ। ਸਰਦਾਰ ਸੂਰਜਨ ਸਿੰਘ ਜੀ ਹੈਗੇ ਤੁਹਾਡੇ ਕੋਲ ਜੀ? ਸਤਿ ਸ਼੍ਰੀ ਅਕਾਲ ਬਾਪੂ ਜੀ, ਮੈਂ ਮਨਜੀਤ ਬੋਲ ਰਹੀ ਹਾਂ। ਪੀ ਜੀ ਨਾਲ ਗੱਲ ਕਰੋ ਤੁਸੀਂ। ਹੈਲੋ, ਮੈਂ ਬੋਲਦੀ ਹਾਂ। ਚਲਾ ਗਿਆ, ਛੱਡੀ ਨਾ ਉਹਨਾਂ ਨੂੰ। ਜਿਨ੍ਹਾਂ ਨੇ ਮੇਰੇ ਪੁੱਤ ਨੂੰ ਮਾਰਤਾ, ਚਾਹੇ ਤੇਰਾ ਕੁਛ ਵੀ ਲੱਗ ਜਾਵੇ, ਸਮਝਦਾ ਤੂੰ? ਕੋਰਟ ਕੇ ਗੇਟ ਤੱਕ ਤੋਂ ਆ ਗਿਆ, ਅਬ ਅੰਦਰ ਕੈਸੇ ਜਾਏਗਾ ਤੂੰ? ਹਾਂ ਆਹ।
वकील साहब, आप स्टेट की ओर से कौन से गवाह पेश करना चाहते हैं? जज साहिबा, हमें थोड़ा वक्त दीजिए, हमारा गवाह आ जाएगा। कमलिया ना मार, वीजा लग्या होया, कल टिकट भी पहुंच जाओगी, बार दी बार निकल जा, जिंदगी बन जाओगी जिंदगी तेरी। आप अपनी तरफ से कुछ कहना चाहते हैं वकील साहब? जज साहब, सरकारी वकील ये साबित करने में नाकामयाब रहे हैं कि इस हत्या में मेरे क्लाइंट्स की कोई भी इन्वॉल्वमेंट है, और वो ये भी प्रूव नहीं कर पाई कि हत्या वाली जगह पर मेरे क्लाइंट्स मौजूद थे, और मेरे किसी भी क्लाइंट की उंगलियों के निशान वेपन ऑफ द मर्डर पर नहीं मिले हैं। और सबसे बड़ी बात, सरकारी वकील अभी तक कोई भी गवाह पेश नहीं कर पाई है। मुझे तो लगता है जज साहब कि इनके पास कोई गवाह है ही नहीं, ये फिजूल कोर्ट का वक्त जाया कर रही हैं। इसलिए मैं अदालत से ये गुजारिश करूंगा कि मेरे मुवक्किलों को बाइज्जत बरी किया जाए। वकील साहब, कहाँ हैं आपके गवाह? यो ऑनर, मेरे गवाह युद्धवीर सिंह आ गए हैं, मैं उन्हें पेश करना चाहती हूँ। आप अपने गवाह को विटनेस बॉक्स में पेश करें। युद्धवीर सिंह, विटनेस बॉक्स में आइए। देने जद मैं समझाता रहा वा, हां थप्पा ता एक दा भी नहीं लवाना, जे कोई बोलिया फड़का साहब है गया ना। करमे ने चड्डा साहब को किसी से फोन पे बात करते हुए देख लिया था, वो हम में से किसी का भी वीजा नहीं लगवाने वाले थे, और करमे ने हम सबको इकट्ठा कर लिया। जे चड्डे ने ना चढ़िया भाई फिर की करांगे? भाई आपां नूं तां नहर ही सांभू। किन्ना चिर हो गया भाई? चौथा महीना चलदा, 6 दिन कह के लियाई सी। भाई जी मैं तां मर जूं वीजा ना लगे बिना। देखो वीरो, वीजा वूजा इन्हां ने किसे दा नहीं लवाउणा, चड्डे नूं मैं आप सुनिया गल्लां करदे नूं, आपां अपने पैसे मड़वाउण दी करिए। इत्थे कोई नहीं बोलदा भरावा, चड्डे मूहरे सारे चड्डां च पुछते के भज लैंदे। मैं लगूं मूहरे? इन्ने टब्बरां दियां जिंदगियां आपां चड्डे दे टड्ड च तां नहीं पैण देनियां, आपां इकट्ठे होकर गल करदे हां सारे। मैं तां सीधी गल करना आया संधू साहब, वीजा तुसीं किसे दा लवाउणा नहीं। तैनूं किहने कहा होए? चड्डा साहब ने। की बकवास करदा है? बकवास मैं नहीं तुसीं कर रहे हो चड्डा साहब, नाले फोन ते किसे नूं गेम समझा रहे सी, नाले कह रहे सी कि ठप्पा तां इक दा भी नहीं लवाउणा, नाले आप फड़का कौन है? ओए तैं फड़का तो टंडिया नाल ही। अपना मुंह बंद रख, जे जान प्यारी है तां आ जान जून दी धमकी ना दिओ संधू साहब, साडे पैसे वापस करो। कत्ल के समय आप वहां मौजूद थे? जी हाँ, मैं वहीं पर था। जज साहब, मैं गवाह से कुछ सवाल पूछने की इजाजत चाहूंगा। परमिशन ग्रांटेड। आप वहां क्या कर रहे थे? जी मुझे संधू और चड्डे ने बुलाया था। किस काम के लिए? वो कर्म को समझाना चाहते थे, पर उन्होंने कहा कि हम दोनों का वीजा पहले लगवा देंगे। लेकिन पहले तो आपने ऐसा कुछ भी नहीं बताया। जी मैं डर गया था। जज साहब, मुझे नहीं लगता कि इस आदमी ने जो कुछ भी कहा है उसमें कुछ भी सच है। मैं आपसे गुजारिश करूंगा कि मेरे मुवक्किलों को बाइज्जत बरी किया जाए। योर ऑनर, मेरा गवाह सच कह रहा है। मोंटी के फादर एक एमएलए हैं और एक बहुत ही पावरफुल आदमी है,
इसलिए मेरा गवाह डर गया था। क्या हुआ था वहां पर? जी मैं कर्मे को लेकर वहां गया। कर्मे ने कहा या तो हमारे पैसे वापस करो या फिर हमें बाहर भेजो। इसी बात को लेकर इनके बीच में लड़ाई हो गई। तो अपनी फसी नबेड़, तेरा वीजा दो दिन चाजू। ते बाकी दे मुंडे? ओए तू बाकी दा ठिका लिया? तैनू कहा ना तेरा वीजा दो दिन च भड़का दिने। ठीक है फिर उन्हां दे पैसे मोड़ दियो। लीडरी ना कर करम सिया, तू इंग्लैंड जाना, तैनू कहा ना तैनू भेज दिने। चड्डा साहब बिना पता लग्या कम हो जाता तो हो जाता, पर हुण नहीं। सारे दे पैसे मोड़ो। ओए तेरे भड़ूए लगदे आ। और इन्होंने कर्मे को मार दिया।